श्री वाहे गुरु वाहे गुरु साहेब जियो तैंडी बंद समय कोई ना डिठा तो नानक मन पाणा कोल कमाई तेस मित्र बचोले जय मिल कांत पछाणा जो हमारी विदती मेरे सतगुरा साविद तुम हर जानो आपे हम रुलते फिरते कोई बात ना पूछता गुर सतगुर संग किरे अमथापे तन तन गुर नानक जन केरा जित मिलया चुके सब साग संतापे ना होया ना होना सतगुर बारगा सतगुर मारगा ना होया ना होना सतगुर मारगा सतगुर मारगा ना होया ना होना सतगुर बारगा सतगुर मारगा ना होया ना होना सतगुर बारगा सतगुर मारगा ਸਤਿਗੁਰੂ ਸਾਹਿਬ ਦੇ ਪਾਵਨ ਅਤੇ ਪਵਿੱਤਰ ਗੁਰੂ ਦਰਬਾਰ ਦੇ ਵਿੱਚ ਕਲਯੁੱਗ ਦੇ ਭਿਆਨਕ ਸਮੇਂ ਵਿੱਚ ਆਪ ਜੀ ਗੁਰੂ ਪਿਆਰ ਦੇ ਵਿੱਚ ਜੁੜ ਬੈਠੇ ਭਾਗਾਂ ਵਾਲੇ ਜੀਵ ਨੇ
ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੇ ਪਿਆਰ ਵਿੱਚ ਜੁੜਨ ਦਾ ਇਹ ਸਮਾਂ ਬਖਸ਼ਿਆ ਹੈ। ਇਸ ਧਰਤੀ ਦੇ ਵੀ ਕੋਈ ਭਾਗ ਜਾਗੇ, ਪੁੰਨ ਕਰਮ ਵਧੇ, ਜਿੱਥੇ ਗੁਰੂ ਸੰਗਤਾਂ ਦੇ ਚਰਨ ਪੈ ਰਹੇ ਨੇ ਅਤੇ ਸਾਧੂਆਂ ਦੇ ਚਰਨ ਪੈ ਰਹੇ ਨੇ, ਦ੍ਰਿਸ਼ਟੀ ਹੋ ਰਹੀ ਹੈ। ਧਰਤੀ ਉਹੀ ਹੁੰਦੀ ਹੈ ਪਰ ਸਤਿਪੁਰਖਾਂ ਦੇ ਸੰਗਤਾਂ ਦੇ ਚਰਨਾਂ ਦੇ ਨਾਲ ਉਹ ਭੋਜਨ ਯੋਗ ਬਣ ਜਾਂਦੀ ਹੈ। ਅਸਥਾਨ ਉਹੀ ਹੁੰਦੇ ਨੇ ਪਰ ਬਾਣੀ ਦਾ ਪ੍ਰਮਾਣ ਹੈ, ਦੁਨੀਆ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੀ ਹੈ। ਤੀਰਥ ਕੀ ਹੈ? ਏਕ ਫਲ ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। 68 ਤੀਰਥ ਮੁੱਖ ਮੰਨੇ ਗਏ ਨੇ, ਇੱਕ ਤੀਰਥ ਦਾ ਇੱਕ ਫਲ ਹੈ। ਤੀਰਥ ਨੇ ਜਿਹੜੇ ਇਹ ਦੇਵੀ ਦੇਵਤਿਆਂ ਨੇ ਥਾਪੇ ਨੇ, ਲਿਖੇ ਗਏ ਨੇ, ਪਰ ਜਿਹੜੇ ਸਤਿਪੁਰਖ ਹੁੰਦੇ ਨੇ ਜਿੱਥੇ ਉਹ ਚਰਨ ਧਰ ਦਿੰਦੇ ਨੇ ਉੱਥੇ 68 ਤੀਰਥਾਂ ਦਾ ਬਲ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ। 68 ਤੀਰਥ ਜੈ ਸਾਧ ਭਗਤ ਰਹਿ ਤਹਾਂ ਵੈਕੁੰਠ ਜੈ ਨਾਮ ਉਚਰੈ। ਜਿੱਥੇ ਨਾਮ ਦਾ ਚਾਰਨ ਹੋ ਗਿਆ ਉੱਥੇ ਵੈਕੁੰਠ ਬਣ ਜਾਂਦਾ ਹੈ। ਸ਼ਿਵ ਜੀ ਪਾਰਵਤੀ ਨੇ ਲਈ ਤੁਰੇ ਜਾ ਰਹੇ ਨੇ ਅਤੇ ਇੱਕ ਪੱਥਰ ਦੀ ਛਿੱਲ ਪਈ ਹੈ। ਸ਼ਿਵ ਜੀ ਉਸ ਪੱਥਰ ਦੀ ਛਿੱਲ ਨੂੰ ਨਮਸਕਾਰਾਂ ਕਰਦੇ ਨੇ। ਪਾਰਵਤੀ ਦੇਖ ਕੇ ਕਹਿੰਦੀ, ਭੋਲੇਨਾਥ ਜੀ ਕੀ ਕਰਦੇ ਨੇ, ਇਹ ਪੱਥਰ ਨੂੰ ਮੱਥਾ ਕਿਉਂ ਟੇਕਦੇ? ਕਹਿੰਦੇ, ਪਾਰਵਤੀ ਪੱਥਰ ਤਾਂ ਬਹੁਤ ਨੇ ਪਰ ਇਹ ਉਹ ਪੱਥਰ ਹੈ ਜਿਹਦੇ ਉੱਤੇ ਕਿਸੇ ਸਮੇਂ ਰੱਬ ਦੇ ਪਿਆਰੇ ਨੇ ਬੈਠ ਕੇ ਬੰਦਗੀ ਕਰੀ ਹੈ, ਤਪ ਕੀਤਾ ਹੈ। ਪਿਆਰ ਦੀ ਸੁਗੰਧੀ ਆ ਰਹੀ ਹੈ। ਗੁਰੂ ਹਰਿ ਰਾਏ ਪਾਤਸ਼ਾਹ ਜੀ ਸਿੰਘਾਂ ਦੇ ਨਾਲ ਤੁਰੇ ਜਾ ਰਹੇ ਨੇ ਅਤੇ ਠੀਕਰੀਆਂ ਪਈਆਂ ਨੇ ਥੇ ਹੈ ਅਤੇ ਕੁਝ ਠੀਕਰੀਆਂ ਦੇ ਵਿੱਚੋਂ ਲਿਸ਼ਕਾਰਾ ਪੈਂਦਾ ਹੈ, ਚਕਨਾਈ ਮਾਰਦੀ ਹੈ। ਕੁਝ ਠੀਕਰੀਆਂ ਦੂਏ ਲੋਟਣ ਕਹਿੰਦੇ ਵੀ ਦੇਖੋ ਇਹ ਠੀਕਰੀਆਂ ਤੋਂ ਕਿਉਂ ਰੁਸ਼ਨਾਉਂਦੀਆਂ ਨੇ, ਸੋਹਣੀਆਂ ਲੱਗਦੀਆਂ ਨੇ। ਸਿੰਘ ਚੁੱਪ ਕਰ ਰਹੇ। ਫਿਰ ਗੁਰੂ ਮਹਾਰਾਜ ਦੱਸਦੇ ਨੇ, ਕਹਿੰਦੇ ਭਾਈ ਕੋਈ ਸਮਾਂ ਸੀ ਇਹ ਠੀਕਰੀਆਂ ਨੇ ਸੰਗ ਕੀਤਾ ਉਸ ਬਰਤਨ ਦਾ ਜਿਹਦੇ ਵਿੱਚ ਦੁੱਧ ਰਿੜਕਿਆ ਗਿਆ ਸੀ, ਮੱਖਣ ਨਿਕਲਦਾ ਸੀ, ਘਿਓ ਨਿਕਲਿਆ। ਕਹਿੰਦੇ ਸਾਲਾਂ ਦੇ ਸਾਲ ਬੀਤ ਗਏ ਨੇ ਪਰ ਚਕਨਾਈ ਦੇ ਵਿੱਚ ਕਾਇਮ ਹੋ ਚੁੱਕੀ ਹੈ। ਇਸ ਤਰ੍ਹਾਂ ਹੀ ਸਤਿਪੁਰਖਾਂ ਦੇ ਅੰਦਰ ਜਦ ਨਾਮ ਪ੍ਰਗਟ ਹੁੰਦਾ ਹੈ ਅਤੇ ਜਿਨ੍ਹਾਂ ਦੇ ਅੰਦਰ ਵੱਸ ਜਾਂਦਾ ਹੈ, ਭਾਵੇਂ ਬਾਣੀ ਇਹ ਕਹਿੰਦੀ ਹੈ ਕਿ ਸਤਿਪੁਰਖ ਨੇ ਜਿਹੜੇ ਉਹ ਰੱਬ ਦੇ ਭੇਜੇ ਹੋਏ ਆਉਂਦੇ ਨੇ, ਸਾਧ ਪਠਾਏ ਆਪ ਪ੍ਰਭਾਵ ਤੁਮ ਤੇ ਨਾ ਹੀ ਦੂਰ। ਅਤੇ ਸਤਿਪੁਰਖਾਂ ਦੀ ਡਿਊਟੀ ਹੁੰਦੀ ਹੈ ਧਰਮ ਦਾ ਜੀਵਨ ਦੱਸਣਾ, ਆਰਥਿਕ ਸੰਕਟ 'ਚੋਂ ਕੱਢਣਾ, ਮਨੋਕਾਮਨਾ ਪੂਰੀਆਂ ਕਰਨੀਆਂ ਅਤੇ ਮੁਕਤੀ ਦੇ ਮਾਰਗ 'ਤੇ ਤੋਰਨਾ, ਜੰਮਣ ਮਰਨ ਦੇ ਗੇਟ 'ਚੋਂ ਕੱਢਣਾ ਹੈ। ਇੱਕ ਤਾਂ ਧਰਮ ਦਾ ਜੀਵਨ ਸਾਧੂ ਦੱਸਦੇ ਹੁੰਦੇ ਨੇ ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਲਿਖਦੇ ਨੇ, ਕਹਿੰਦੇ ਅਸੀਂ ਵੀ ਇਸ ਦੁਨੀਆ ਵਿੱਚ ਧਰਮ ਦਾ ਰਾਹ ਦੱਸਣ ਆਏ। ਤਿੰਨ ਡਿਊਟੀਆਂ ਗੁਰੂ ਕਲਗੀਧਰ ਪਾਤਸ਼ਾਹ ਦੇ ਜੁੰਮੇ ਲੱਗੀਆਂ, ਧਰਮ ਚਲਾਵਣ, ਸੰਤ ਅਵਾਰਨ, ਦੁਸ਼ਟ ਸਭਨ ਕੋ ਮੂਲ ਪਾਰਨ। ਧਰਮ ਚਲਾਉਣਾ ਸੀ, ਸੰਤਾਂ ਦੀ ਰਾਖੀ ਕਰਨੀ, ਦੁਸ਼ਟਾ ਪਾਪੀਆਂ ਨੂੰ ਜੜਪੁੱਟਣਾ ਸੀ। ਆਪ ਜੀ ਨੇ ਆਪਣੀ ਜੀਵਨ ਗਾਥਾ ਲਿਖੀ ਹੈ, ਕਹਿੰਦੇ ਅਸੀਂ ਤਪ ਕਰਦੇ ਸੀ, ਹੇਮਕੁੱਟ ਪਰਬਤ ਹੈ ਜਹਾਂ, ਸਾਵਤ ਸਰਿੰਗ ਸੋਵਤ ਹੈ ਤਹਾਂ, ਤੈ ਹਮ ਅਨਕ ਤਪੱਸਿਆ ਸਾਧੀ ਦਵੈ ਤੇ ਏਕ ਰੂਪ ਹੋ ਗਏ। ਅਸੀਂ ਇੱਕ ਮਿਕ ਹੋ ਗਏ। ਪਾਰ ਬ੍ਰਹਮ ਪਰਮੇਸ਼ਵਰ ਦਾ ਹੁਕਮ ਹੋਇਆ ਕਿ ਦੁਸ਼ਟ ਦਮਨ ਜੀ, ਤੁਸੀਂ ਦੁਨੀਆਂ ਵਿੱਚ ਧਰਮ ਚਲਾਉਣ ਲਈ ਜਾਣਾ ਹੈ। ਅਜੇ ਇੱਥੋਂ ਦੇ ਧਰਮੀ ਬੰਦਿਆਂ ਦਾ ਹਾਲ ਤੱਕਿਆ, ਮਨ ਬੜਾ ਦਾਸ ਹੋ ਗਿਆ।
ਵੀ ਇਹਨਾਂ ਲੋਕਾਂ ਨੂੰ ਇੱਕ ਪਾਸੇ ਧਾਰਮਿਕ ਖਵਾਉਂਦੇ ਨੇ ਪਰ ਇੱਕ ਧਰਮ ਰਸਮ ਬਣ ਕੇ ਰਹਿ ਗਿਆ ਧਰਮ ਦਾ ਰਾਹ ਇਹ ਛੱਡ ਗਏ ਨੇ ਇਹਨਾਂ ਦੇ ਨਾਲ ਕਿਵੇਂ ਧਰਮ ਦੀ ਗੱਲ ਚੱਲੇਗੀ ਅਤੇ ਹੱਥ ਬੰਨ ਕੇ ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਅਸੀਂ ਖੜ੍ਹੇ ਹੋ ਗਏ ਕਿ ਪੰਥ ਚੱਲ ਸਕਦਾ ਹੈ ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾ ਸਰਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਜੇ ਤੁਸੀਂ ਸਹਾਇਤਾ ਕਰੋਗੇ ਫਿਰ ਧਰਮ ਚੱਲ ਸਕਦਾ ਹੈ ਅਤੇ ਐਸਾ ਮਹਾਂਪੁਰਖਾਂ ਨੇ ਦੱਸਿਆ ਕਹਿੰਦੇ 500 ਮੁਕਤ ਆਤਮਾਵਾਂ ਜਿਹੜੀਆਂ ਪਹਿਲਾਂ ਹੀ ਜਨਮ ਮਰਨ ਤੋਂ ਪ੍ਰਸੰਨ ਸਨ ਰੱਬ ਬਣ ਚੁੱਕੀਆਂ ਸਨ ਮੁਕਤ ਆਤਮਾਵਾਂ ਸਨ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਵਿਸ਼ਾ ਨੂੰ ਪੂਰਾ ਕਰਨ ਦੇ ਲਈ ਧੁਰ ਦਰਗਾਹਾਂ ਭੇਜੀਆਂ ਗਈਆਂ ਇਹ ਗੱਲ ਸਾਡੇ ਮਹਾਂਪੁਰਖਾਂ ਨੇ ਵੀ ਦੱਸੀ ਸੀਗਾ ਜਦੋਂ ਆਪ ਜੀ ਇੰਗਲੈਂਡ ਗਏ ਅਤੇ ਅੰਗਰੇਜ਼ ਬੀਬੀ ਸੀ ਮਿਸਟਰ ਵਿੰਟਰ ਮਿਸਿਜ ਵਿੰਟਰ ਉਹ ਕਹਿੰਦੀ ਤੁਹਾਡੇ ਨਾਲ ਕੁਝ ਰੂਹਾਂ ਦਰਗਾਹ ਤੋਂ ਆਈਆਂ ਨੇ ਭੇਜੀਆਂ ਗਈਆਂ ਨੇ ਮਹਾਂਪੁਰਖ ਕਹਿੰਦੇ ਕਿੰਨੀਆਂ ਕੁ ਰੂਹਾਂ ਨੇ ਉਹ ਕਹਿੰਦੀ ਅਬਾਊਟ 2 ਡਜ਼ਨ ਭਾਵ 24 ਦੋ ਦਰਜਨ ਕੁਝ ਰੂਹਾਂ ਚਿੱਟੇ ਪ੍ਰਕਾਸ਼ ਵਾਲੀਆਂ ਨੇ ਕੁਝ ਲਾਲ ਪ੍ਰਕਾਸ਼ ਵਾਲੀਆਂ ਨੇ ਜਿਨ੍ਹਾਂ ਨੇ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਮਿਸ਼ਨ ਨੂੰ ਅੱਗੇ ਵਧਾਉਣਾ ਹੈ ਅਤੇ ਇਸ ਤਰ੍ਹਾਂ ਇਹ ਸਤਿਪੁਰਖਾਂ ਦੀ ਡਿਊਟੀ ਹੁੰਦੀ ਹੈ ਕਿ ਤੰਤ ਕਾ ਮਾਰਗ ਧਰਮਿਕ ਕੀ ਪੌੜੀ ਕੋ ਬੜਭਾਗੀ ਪਾਏ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਇਸ ਦੁਨੀਆਂ ਵਿੱਚ ਉਹ ਧਰਮ ਚਲਾਉਣ ਦੇ ਲਈ ਆਏ ਤੁਸੀਂ ਕਹੋਗੇ ਵੀ ਧਰਮ ਪਹਿਲਾਂ ਹੈ ਨਹੀਂ ਸੀ ਧਰਮ ਹੈਗਾ ਸੀ ਜੇ ਪਿਤਾ ਹਰਨਾਕਸ਼ ਨੇ ਦੁਸ਼ਟਤਾਈ ਕਮਾਈ ਆਪ ਹੀ ਰੱਬ ਬਣ ਕੇ ਬਹਿ ਗਿਆ ਪਰ ਉਹਦੇ ਘਰ ਭਗਤ ਪ੍ਰਹਲਾਦ ਪੁੱਤਰ ਬਣ ਕੇ ਪੈਦਾ ਹੋਇਆ ਧਰਮ ਦੇ ਰਾਹ 'ਤੇ ਤੁਰਿਆ ਉਹਨੂੰ ਮਾਰਨ ਦੇ ਯਤਨ ਕੀਤੇ ਗਏ ਪਰ ਹਰਨਾਕਸ਼ ਦੁਸ਼ਟ ਮਾਰਿਆ ਗਿਆ ਅਤੇ ਪ੍ਰਹਲਾਦ ਦੀ ਜੈ ਜੈਕਾਰ ਹੋ ਗਈ ਜੇ ਰਾਵਣ ਆਇਆ ਸੀ ਤਾਂ ਸ਼੍ਰੀ ਰਾਮ ਚੰਦਰ ਜੀ ਵੀ ਨਾਲ ਆਏ ਨੇ ਇੱਕ ਪਾਸੇ ਧਰਮ ਦਾ ਮਾਰਗ ਸੀ ਇੱਕ ਪਾਸੇ ਉਹਦੇ ਰਸਤੇ ਵਿੱਚ ਰੋੜਾ ਬਣਨ ਵਾਲੇ ਆਏ ਜੇ ਭਗਵਾਨ ਕ੍ਰਿਸ਼ਨ ਜੀ ਆਏ ਨੇ ਅਤੇ ਕੰਸ ਵਰਗੇ ਵੀ ਨਾਲ ਆਏ ਨੇ ਜਾਣੀ ਦੀਆਂ ਡਿਊਟੀਆਂ ਲੱਗੀਆਂ ਇਹ ਸ਼ੁਰੂ ਤੋਂ ਹੀ ਜਾਣੀ ਦੀ ਇੱਕ ਪਾਸੇ ਧਰਮ ਦੇ ਰਾਹ 'ਤੇ ਤੁਰਨ ਵਾਲੇ ਆਏ ਇੱਕ ਪਾਸੇ ਧਰਮ ਦੇ ਰਾਹ ਦੇ ਵਿੱਚ ਰੋੜਾ ਅਟਕਾਉਣ ਵਾਲੇ ਆਏ ਮਖੌਲ ਕਰਨ ਵਾਲੇ ਆਏ ਪੱਥਰ ਮਾਰਨ ਵਾਲੇ ਆਏ ਪਰ ਨਹੀਂ ਰੱਬ ਦੇ ਜਿਹੜੇ ਪਿਆਰੇ ਨੇ ਉਹਨੇ ਦੱਸ ਕੇ ਗਏ ਨੇ ਕਹਿੰਦੇ ਮਾਤ ਹਾਥੀ ਦੀ ਚਾਲ ਦੀ ਤਰ੍ਹਾਂ ਆਪਣੇ ਜੀਵਨ ਦਾ ਰਾਹ ਨਹੀਂ ਛੱਡਦੇ ਹੁੰਦੇ ਉਹ ਕਿਸੇ ਮਾਰਗ 'ਤੇ ਪਹੁੰਚਦੇ ਨੇ ਅਤੇ ਦਿਨ ਰਾਤ ਉਹਨਾਂ ਦਾ ਮੰਜ਼ਿਲ ਵੱਲ ਤੁਰਦੇ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਾਰ ਆਰਾਮ ਨਾ ਬਹਿੰਦੇ ਨਿਉ ਵਾਲੇ ਨੈਣਾ ਕਿ ਨੀਂਦਰ ਦਿੰਦੇ ਰਾਤ ਪਏ ਬਹਿੰਦੇ ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਣਾ ਉਰੇ ਮੁਕਾਮ ਨਾ ਕੋਈ ਸੋ ਟੋਰ ਪਏ ਨਿਤ ਰਹਿੰਦੇ ਅਤੇ ਜਿਨ੍ਹਾਂ ਦੇ ਸਿਰ ਖਿੱਚ ਖਿੱਚ ਖਾ ਜਾਂਦੇ ਨੇ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਫਿਰ ਉਹ ਮੰਜ਼ਿਲਾਂ 'ਤੇ ਪਹੁੰਚਣ ਦਾ ਯਤਨ ਕਰਦੇ ਨੇ ਦੁਨੀਆਂ ਨੂੰ ਉਸ ਮੰਜ਼ਿਲ ਵੱਲ ਤੋਰਨ ਦਾ ਯਤਨ ਕਰਦੇ ਨੇ ਉਹ ਸੀਨੇ ਖਿੱਚ ਜਿਨ੍ਹਾਂ ਦੇ ਖਾ ਗਏ ਉਹ ਨਹੀਂ ਰੁਕਦੇ ਉਹ ਨਹੀਂ ਰੁਕਦੇ ਖਿੱਚ ਜਿਨ੍ਹਾਂ ਦੇ ਖਾ ਗਏ ਉਹ ਨਹੀਂ ਰੁਕਦੇ ਉਹ ਨਹੀਂ ਰੁਕਦੇ
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਅਸੀਂ ਪਾਰ ਬ੍ਰਹਮ ਪਰਮੇਸ਼ਰ ਨੂੰ ਬੇਨਤੀ ਕਰੀ ਕਿ ਇਸ ਦੁਨੀਆ 'ਚ ਧਰਮ ਚਲਾਉਣਾ ਬੜਾ ਔਖਾ ਹੈ ਮੁਸ਼ਕਲ ਹੈ ਪਾਰ ਬ੍ਰਹਮ ਪਰਮੇਸ਼ਰ ਜੀ ਕਹਿੰਦੇ ਜਾਓ ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਹਾਂ ਮੈਂ ਆਪਣਾ ਸੁੱਤ ਤੁਹੇ ਨਵਾਜਾ ਪੰਥ ਪ੍ਰਚਾਰ ਕਰ ਬੇ ਕੋ ਸਾਜਾ ਜਹਾਂ ਤਹਾਂ ਤੁਮ ਧਰਮ ਬਥਾਰੋ ਕੁਧ ਕਰਨ ਤੇ ਲੋਕ ਹਟਾਓ ਤੇ ਸਮਾਂ ਆਇਆ ਮਾਨੋ ਆਪ ਜੀ ਨੂੰ ਗੁੜਤੇ ਹੀ ਧਰਮ ਦੇ ਜੀਵਨ ਦੀ ਪਿਤਾ ਪੁਰਖ ਹੀ ਮਿਲੀ ਸਮਾਂ ਆਇਆ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਕਸ਼ਮੀਰੀ ਪੰਡਿਤਾਂ ਦਾ ਇਕੱਠ ਪਹੁੰਚਦਾ ਰੋ ਰੋ ਕੇ ਬੇਨਤੀਆਂ ਕਰਦੇ ਨੇ ਸੱਚੇ ਪਾਤਸ਼ਾਹ ਸਾਡੇ ਧਰਮ ਦਾ ਕੋਈ ਹੱਜ ਨਹੀਂ ਰਹਿ ਗਿਆ ਸੌ ਸੌ ਬੰਦਿਆਂ ਨੂੰ ਫੜ ਕੇ ਲੈ ਜਾਂਦੇ ਨੇ ਡੂੰਘੇ ਪਾਣੀ ਵਿੱਚ ਡਬੋ ਕੇ ਮਾਰ ਦਿੰਦੇ ਨੇ ਰੱਸੇ ਛੱਡ ਦਿੰਦੇ ਨੇ ਤਾੜੀਆਂ ਮਾਰ ਮਾਰ ਹੱਸਦੇ ਸਵਾ ਮਨ ਜਨੇਊ ਰੋਜ਼ ਲਾ ਕੇ ਔਰੰਗਜ਼ੇਬ ਰੋਟੀ ਖਾਂਦਾ ਹੈ ਸਵੇਰ ਵੇਲੇ ਉੱਥੇ ਮੰਦਰ ਆਉਂਦਾ ਸ਼ਾਮ ਨੂੰ ਮਸਜਿਦ ਦੂਸਰੀ ਹੁੰਦੀ ਹੈ ਤੇ ਐਸਾ ਜੀਵਨਾ ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਦੇਖ ਸੱਚੇ ਪਾਤਸ਼ਾਹ ਅਸੀਂ ਸਾਰਿਆਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਅੱਗੇ ਬੌੜੀਆਂ ਕੀਤੀਆਂ ਅਰਦਾਸਾਂ ਕਰੀਆਂ ਇਉਂ ਲੱਗਦਾ ਵੀ ਸਾਰੇ ਹੀ ਬੋਲੇ ਹੋ ਗਏ ਨੇ ਸ਼ਿਵ ਜੀ ਦੇ ਮੰਦਰ ਵਿੱਚ ਗਏ ਹਾਂ ਲੱਗਦਾ ਵੀ ਸ਼ਿਵ ਜੀ ਭੋਲੇਨਾਥ ਵੀ ਬੋਲਾ ਹੀ ਹੋ ਗਏ ਸੁਣਦਾ ਹੀ ਨਹੀਂ ਪਰ ਸਾਨੂੰ ਉੱਥੇ ਆਵਾਜ਼ਾਂ ਪਈਆਂ ਨੇ ਕਿ ਇਸ ਵੇਲੇ ਜੇ ਤੁਹਾਡੀ ਬਾਂਹ ਫੜ ਸਕਦਾ ਹੈ ਗੁਰੂ ਹਰਗੋਬਿੰਦ ਦਾ ਚੰਦ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਅਨੰਦਪੁਰ ਦੀ ਧਰਤੀ ਨੂੰ ਭਾਗ ਲਾ ਰਿਹਾ ਉਹਦੇ ਚਰਨ ਸ਼ਰਨ ਵਿੱਚ ਜਾਓ ਇੱਧਰ ਉੱਧਰ ਨਾ ਭਟਕੋ ਸੱਚੇ ਪਾਤਸ਼ਾਹ ਉਹ ਆਵਾਜ਼ ਸੁਣ ਕੇ ਅਸੀਂ ਤੁਹਾਡੇ ਚਰਨਾਂ ਵਿੱਚ ਆਏ ਹਾਂ ਅਤੇ ਇਹ ਸਾਰੇ ਸੈਂਕੜੇ ਕਸ਼ਮੀਰੀ ਬ੍ਰਾਹਮਣ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਆਉਂਦੇ ਨੇ ਅਤੇ ਰੋ ਰੋ ਕੇ ਬੇਨਤੀਆਂ ਕਰਦੇ ਨੇ ਅਤੇ ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ 9 ਸਾਲ ਦੀ ਉਮਰ ਹੈ ਦੇਖਿਆ ਕਹਿੰਦੇ ਪਿਤਾ ਜੀ ਇਹ ਕਿਉਂ ਰੋਂਦੇ ਨੇ ਕੀ ਦੁੱਖ ਹੈ ਇਹਨਾਂ ਦਾ ਹਾਂ ਲਾਲ ਜੀ ਇਹਨਾਂ ਦੇ ਧਰਮ ਨੂੰ ਖਤਰਾ ਹੈ ਜ਼ਬਰਦਸਤੀ ਧਰਮ ਬਦਲਿਆ ਜਾ ਰਿਹਾ ਪਿਤਾ ਜੀ ਇਹਨਾਂ ਦੇ ਧਰਮ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਸਤਿਗੁਰੂ ਕਹਿੰਦੇ ਲਾਲ ਜੀ ਇਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਕਿਸੇ ਮਹਾਨ ਪੁਰਖ ਦੇ ਬਲਿਦਾਨ ਦੀ ਲੋੜ ਹੈ ਜਿਹੜਾ ਸਿਰ ਧੜ ਦੀ ਬਾਜੀ ਲਾ ਕੇ ਜਾਵੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਵੇਲੇ ਉਮਰ 9 ਸਾਲ ਹੈ ਕਹਿੰਦੇ ਪਿਤਾ ਜੀ ਫਿਰ ਆਪ ਤੋਂ ਵੱਡਾ ਮਹਾਂਪੁਰਖ ਕਿਹੜਾ ਹੋ ਸਕਦਾ ਕਿਹੜਾ ਸਤਿਪੁਰਖ ਹੈ ਜਾਓ ਜੇ ਇਹਨਾਂ ਦਾ ਧਰਮ ਬਚਦਾ ਆਪਣੇ ਸਰੀਰ ਦਾ ਬਲਿਦਾਨ ਜੇ ਲੱਗਦਾ ਲਾ ਦਿਓ ਕੋਈ ਗੱਲ ਨਹੀਂ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਲਾਲ ਜੀ ਤੁਸੀਂ ਹਾਲੇ ਛੋਟੇ ਹੋ ਕਹਿੰਦੇ ਪਿਤਾ ਜੀ ਹੁਣ ਤਾਂ ਮੈਂ 9 ਸਾਲ ਦਾ ਹੋ ਗਿਆ ਜਦੋਂ ਮੈਂ ਮਾਤਾ ਦੇ ਉਦਰ ਵਿੱਚ ਸੀ ਉਸ ਵੇਲੇ ਵੀ ਰੱਖਿਆ ਕਰੀ ਆ ਹੁਣ ਮੇਰੀ ਚਿੰਤਾ ਨਾ ਕਰੋ ਜੇ ਚਿੰਤਾ ਕਰਨੀ ਆ ਤਾਂ ਇਹਨਾਂ ਦੀ ਕਰੋ ਇਹਨਾਂ ਦੇ ਡੁੱਬਦੇ ਧਰਮ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਸ ਵੇਲੇ ਹੱਥੀਂ ਗੁਰੂ ਕਲਗੀਧਰ ਪਾਤਸ਼ਾਹ ਨੇ ਪਿਤਾ ਗੁਰੂ ਤੇਗ ਬਹਾਦਰ ਤੋਰ ਦਿੱਤਾ ਹੈ ਅਤੇ ਨਾਲ ਕੁਝ ਸਿੰਘ ਗਏ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਵਰਗੇ ਪੁੱਗੀਆਂ ਰੂਹਾਂ ਗਈਆਂ ਅਤੇ ਸਤਿਗੁਰ ਨੂੰ ਡਰਾਬੇ ਦਿੱਤੇ ਗਏ ਇਸਲਾਮਾ ਧਾਰਨ ਕਰਨ ਦੇ ਲਈ ਕਿਹਾ ਗਿਆ ਮਹਾਰਾਜ ਕਹਿੰਦੇ ਇਸਲਾਮਾ ਧਾਰਨ ਨਹੀਂ ਕਰਾਂਗੇ ਅਤੇ ਨਾ ਥਾਤੋਂ ਡਰਾਂਗੇ ਨਾ ਡਰਾਵਾਂਗੇ ਕੋਈ ਕਰਾਮਾਤ ਦਿਖਾਓ ਕਹਿੰਦੇ ਕਰਾਮਾਤ ਕਹਿਰ ਦਾ ਨਾਂ ਹੈ ਇਹ ਵੀ ਨਹੀਂ ਦਿਖਾਵਾਂਗੇ ਨਾਟਕ ਚੇੜੇ ਕੀਏ ਕਾਜਾ ਪ੍ਰਭ ਲੋਕਾਂ ਕੋ ਆਵਤ ਲਾਜਾ ਸਾਰੇ ਜਤਨ ਉਹਨਾਂ ਦੇ ਫੇਲ ਹੋ ਗਏ ਕਿਉਂਕਿ ਕਹਿ ਦਿੱਤਾ ਸੀ ਮਹਾਰਾਜ ਨੇ ਕਹਿੰਦੇ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਪੀਰਾਂ ਦਾ ਪੀਰ ਸਤਿਗੁਰੂ ਤੇਗ ਬਹਾਦਰ ਹੈ ਜੇ ਤੁਸੀਂ ਉਹਨੂੰ ਆਪਣੇ ਧਰਮ 'ਚ ਲੈ ਆਓਗੇ ਅਸੀਂ ਸਾਰੇ ਇਸਲਾਮਾ ਧਾਰਨ ਕਰ ਜਾਵਾਂਗੇ ਔਰੰਗਜ਼ੇਬ ਨੂੰ ਚੌ ਚੜ ਗਿਆ ਪਰ ਉਹਨੂੰ ਇਹ ਨਹੀਂ ਪਤਾ ਵੀ ਸਤਿਗੁਰੂ ਤਾਕਤ ਕੀ ਹੈ ਅਤੇ ਸਤਿਗੁਰਾਂ ਨੇ ਉਸ ਵੇਲੇ ਪਿੰਜਰੇ ਦੇ ਵਿੱਚ ਸਤਿਗੁਰਾਂ ਨੂੰ ਬੰਦ ਕੀਤਾ ਗਿਆ ਜਿਹਦੇ 'ਚ ਹੇਠਾਂ ਵੀ ਸੂਏ ਉੱਪਰ ਵੀ ਸੂਏ ਨੇ ਸਿੱਧਾ ਖੜਿਆ ਨਹੀਂ ਜਾਂਦਾ ਡਰਾਉਣ ਦੇ ਲਈ ਯਤਨ ਕੀਤੇ ਗਏ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਸਤੀ ਦਾਸ ਨੂੰ ਰੂਹ 'ਚ ਲਪੇਟ ਕੇ ਸਾੜਿਆ ਗਿਆ ਭਾਈ ਦਿਆਲੇ ਨੂੰ ਦੇਖ ਚਵਾਲਿਆ ਗਿਆ ਵੀ ਇਹਨਾਂ ਨੂੰ ਦੇਖ ਕੇ ਮਰ ਜਾਣਗੇ ਪਰ ਸਤਿਗੁਰੂ ਦਾ ਰਾਹ ਹੈ ਭਾਏ ਕਹੋਂ ਕੋ ਦੇਤਨਾ ਨਾ ਭੈ ਮਾਨਤਾਨ ਨਾ ਡਰਨਾ ਨਾ ਡਰਾਉਣਾ ਆਪਣੇ ਧਰਮ ਵਿੱਚ ਪੱਕੇ ਰਹਿਣਾ ਹੈ
ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਵੇਲੇ ਸ਼ਹੀਦੀ ਪ੍ਰਾਪਤ ਕਰ ਰਹੇ ਨੇ ਤੇ ਨਾਲ ਮੁਖ ਤੋਂ ਐਸੇ ਬਚਨ ਪੜ ਰਹੇ ਨੇ ਜਿਹੜੇ ਬਾਣੀ ਵਿੱਚ ਆਏ ਗੁਰੂ ਤੇਗ ਬਹਾਦਰ ਸ੍ਰੀ ਤੇਗ ਬਹਾਦਰ ਸ੍ਰੀ ਕਿਰਿਆ ਕਰੀ ਨਾ ਕਿਨੂੰ ਆਣ ਕਹਿੰਦੇ ਗੁਰੂ ਤੇਗ ਬਹਾਦਰ ਵਰਗੀ ਕਿਰਿਆ ਕੋਈ ਕਰੇ ਨਹੀਂ ਸਕਦਾ ਤੇਗ ਬਹਾਦਰ ਕੇ ਚਰਤ ਭਇਓ ਜਗਤ ਮੈਂ ਸੋਗ ਤੇ ਜੈ 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 ਸਰਲੋਕ ਸਵਰਗ ਲੋਕਾਂ ਵਿੱਚ ਜੈ ਜੈਕਾਰ ਹੋ ਗਏ ਹੈ ਹੈ ਇਹ ਦੁਨੀਆਂ ਵਿੱਚ ਕਹਿੰਦੇ ਵੀ ਕੋਈ ਹੈ ਕੋਈ ਰੱਬ ਦਾ ਪਿਆਰਾ ਜਿਹੜਾ ਧਰਮ ਦੀ ਨੂੰ ਰੱਖਣ ਵਾਲਾ ਹੈ ਅਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨਾਲੇ ਆਪਣਾ ਬਲਿਦਾਨ ਦਿੰਦੇ ਨੇ ਅਤੇ ਨਾਲੇ ਮੁੱਖ ਤੋਂ ਐਸਾ ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋਡੀਏ ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੂਜੇ ਬਾਂਹ ਨਾ ਛੋਡੀਏ ਬਾ ਫੜਿਆ ਬਾਣੀ ਛੱਡਦਾ ਮੈਂ ਬਾ ਫੜਿਆ ਬਾਣੀ ਛੱਡਦਾ ਮੈਂ ਬਾ ਸਤਿਗੁਰੂ ਪਾਤਸ਼ਾਹ ਜੀ ਕੁਰਬਾਨੀ ਦੇ ਜਾਂਦੇ ਨੇ ਉਸ ਵੇਲੇ ਜਿਹੜਾ ਪਰਲਾ ਸੀਸ ਹੈ ਭਾਈ ਜੇਤੇ ਦੀ ਗੋਦ ਵਿੱਚ ਗਿਆ ਅਤੇ ਹੇਠਲੇ ਧੜ ਦਾ ਸਤਿਕਾਰ ਲੱਖੀ ਸ਼ਾਹ ਬਣਜਾਰੇ ਨੇ ਕੀਤਾ ਹੈ ਜਦੋਂ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਭਾਈ ਜੇਤਾ ਪਹੁੰਚਦਾ ਗੁਰੂ ਕਲਗੀਧਰ ਜੀ ਪੁੱਛਦੇ ਕਹਿੰਦੇ ਜੇਤਿਆ ਜਾ ਤੋਂ ਗੁਰੂ ਪਿਤਾ ਜੀ ਦਾ ਸੀਸ ਲੈ ਕੇ ਚੱਲੇ ਹਾਂ ਲੈ ਕੇ ਆਇਆ ਹੈ ਕੋਈ ਸਿੱਖ ਵੀ ਨਜ਼ਰ ਆਇਆ ਸੀ ਕਹਿੰਦਾ ਮਹਾਰਾਜ ਕੋਈ ਸਿੱਖ ਨਜ਼ਰ ਨਹੀਂ ਆਇਆ ਸਤਿਗੁਰੂ ਕਹਿੰਦੇ ਨਜ਼ਰ ਨਹੀਂ ਆਇਆ ਕੋਈ ਸਿੱਖ ਦਿੱਲੀ ਦੇ ਵਿੱਚ ਸਾਡਾ 2200 ਸਿੱਖ ਬਹਾਦਰ ਸੀ ਕਹਿੰਦਾ ਮਹਾਰਾਜ ਕੋਈ ਨਜ਼ਰ ਨਹੀਂ ਆਇਆ ਸਤਿਗੁਰੂ ਜੀ ਉਸ ਵੇਲੇ ਗੁਰੂ ਕਲਗੀਧਰ ਜੀ ਰੋਹ ਚਾ ਗਿਆ ਕਹਿੰਦੇ ਜੇਤਿਆ ਐਸਾ ਮੈਂ ਸਿੱਖ ਬਣਾਵਾਂਗਾ ਜਿਹੜਾ ਲੱਖਾਂ ਵਿੱਚ ਖੜਾ ਛਿਪ ਨਹੀਂ ਸਕੇਗਾ ਪਤਾ ਲੱਗ ਜਾਵੇ ਵੀ ਆਹ ਗੁਰੂ ਕਲਗੀਧਰ ਦਾ ਸਿੱਖ ਖੜਾ ਹੈ ਅਤੇ ਉਹ ਸਤਿਗੁਰ ਪਾਤਸ਼ਾਹ ਜੀ ਨੇ ਉਹ ਸਿੱਖ ਦੀ ਜਿਹੜੀ ਪਿਉਂਦ ਸੀ ਸ਼ੁਰੂ ਕਰਨੀ ਸੀ ਅੱਜ 1699 ਦੀ ਵਿਸਾਖੀ ਆਈ ਅਤੇ ਇਸ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਨੇ ਸਾਰੇ ਜੋ ਵੀ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਸੀ ਉਹਨਾਂ ਵੱਲ ਤੱਕਿਆ ਸਮੇਂ ਦੇ ਸਾਧੂਆਂ ਵੱਲ ਤੱਕਿਆ ਸੰਨਿਆਸੀਆਂ ਵੱਲ ਤੱਕਿਆ ਦੇਵੀ ਦੇ ਪੁਜਾਰੀਆਂ ਵੱਲ ਤੱਕਿਆ ਬ੍ਰਾਹਮਣਾਂ ਵੱਲ ਤੱਕਿਆ ਸੰਨਿਆਸੀ ਲੋਕਾਂ ਵੱਲ ਤੱਕਿਆ ਮਸੰਦਾਂ ਵੱਲ ਤੱਕਿਆ ਪਰ ਸਾਰਿਆਂ ਦੇ ਜੀਵਨ ਵਿੱਚ ਗਿਰਾਵਟਾਂ ਤੱਕੀਆਂ ਗਈਆਂ ਸਤਿਗੁਰੂ ਉਦਾਸ ਹੋ ਗਏ ਵੀ ਕਿਵੇਂ ਧਰਮ ਚਲਾਇਆ ਜਾਵੇ
ਧਰਮ ਚਲਾਉਣ ਦੇ ਲਈ ਚੰਗੇ ਬੰਦਿਆਂ ਦੀ ਲੋੜ ਹੈ ਜੋ ਧਰਮ ਦੀ ਗੱਲ ਸੁਣਨ ਨੂੰ ਮੰਨਣ ਨੂੰ ਕਮਾਉਣ ਨੂੰ ਤਿਆਰ ਹੋ ਕਿਵੇਂ ਧਰਮ ਚੱਲੇਗਾ ਸਤਿਗੁਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਇੱਕ ਖਾਸ ਪੈਗਾਮ ਭੇਜਿਆ ਚਿੱਠੀਆਂ ਭੇਜੀਆਂ ਹੁਕਮਨਾਮੇ ਭੇਜੇ ਕਿ ਜਿੰਨੀ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਹੈ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੋ ਮੈਂ ਇੱਕ ਖਾਸ ਪੈਗਾਮ ਦੇਣਾ ਇੱਕ ਪੰਥ ਦੀ ਸਾਜਨਾ ਕਰਨੀ ਹੈ ਇੱਕ ਧਰਮ ਦੀ ਨਿਉਂ ਰੱਖਾਂ ਵਾ ਸੁਨੇਹਾ ਮਿਲਦਿਆਂ ਹੀ ਸੰਗਤਾਂ ਵੀਰਾਂ ਘੱਤ ਘੱਤ ਕੇ ਪਹੁੰਚ ਰਹੀਆਂ ਨੇ ਕੋਈ 100 ਮੀਟਰ ਤੋਂ ਚੱਲਿਆ ਕੋਈ 200 ਕੋਈ 500 ਪੈਦਲ ਚੱਲਿਆ ਕਰਦੇ ਅਤੇ ਐਸਾ ਦੱਸਦੇ ਨੇ ਵੀ 80,000 ਦਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਇਆ ਉਸ ਵੇਲੇ ਆਬਾਦੀ ਵੀ ਬੜੀ ਘੱਟ ਸੀ 80,000 ਦਾ ਇਕੱਠ ਹੋਣਾ ਕੋਈ ਮਾਇਨੇ ਰੱਖਦਾ ਇਕੱਲੇ ਸਿੱਖੇ ਨਹੀਂ ਆਏ ਉਹਦੇ 'ਚ ਹਿੰਦੂ ਮੁਸਲਮਾਨ ਵੀ ਹੋਰ ਸਾਰੇ ਧਰਮਾਂ ਦੇ ਲੋਕ ਵੀ ਸ਼ਾਮਿਲ ਸਨ ਹਿੰਦੂਆਂ ਵਿੱਚ ਵੀ ਸਿੱਖੀ ਕਾਇਮ ਸੀ ਹੁਣ ਆਪਾਂ ਅਸੀਂ ਕਿੰਨਾ ਯਤਨ ਕਰ ਰਹੇ ਹਾਂ ਬੱਸਾਂ ਭੇਜੀਆਂ ਨੇ ਅਤੇ ਕਈ ਬੱਸਾਂ ਕਹਿੰਦੇ ਬਾਬਾ ਜੀ ਬਹੁਤ ਘੱਟ ਸੰਗਤ ਆਈ ਬਈ ਕਰਮ ਨੇ ਜਿਵੇਂ ਕਰਮ ਹੈ ਚੱਲਦਾ ਕੰਮ ਧਰਮ ਦੀ ਗੱਲ ਸੁਣਨੀ ਅਤੇ ਸੁਣਾਉਣੀ ਕਰਨੀ ਇਹ ਬੜਾ ਮੁਸ਼ਕਲ ਹਕਮ ਆ ਗਿਆ ਮਹਾਂਪੁਰਖਾਂ ਨੇ ਕਹਿਣਾ ਕਹਿੰਦੇ ਗੁਰੂ ਮਹਾਰਾਜ ਨੇ ਇਹ ਤਾਂ ਗੱਲ ਲਿਖਤੀ ਵੀ ਸੰਤਾਂ ਦੀ ਸੰਗਤ ਕਰਿਓ ਕਹਿੰਦੇ ਆਹ ਨਹੀਂ ਲਿਖਿਆ ਵੀ ਸੰਤਾਂ ਦੀ ਗੱਲਾਂ ਨਹੀਂ ਕਿਸੇ ਨੇ ਸੁਣਨੀ ਇਹੋ ਜਿਹਾ ਸਮਾਜ ਹੋਊਗਾ ਅਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਅੱਜ ਜਾਂ ਸੁਨੇਹੇ ਪਹੁੰਚ ਗਏ ਨਾ ਬਹੇਰਾਂ ਘੱਤ ਘੱਤ ਕੇ ਸੰਗਤਾਂ ਪਹੁੰਚ ਰਹੀਆਂ ਨੇ ਬੱਚੇ ਕੀ ਬੁੱਢੇ ਕੀ ਜਵਾਨ ਮਾਈ ਭਾਈ ਕੀ 80,000 ਦਾ ਇਕੱਠ ਹੋ ਗਿਆ ਗੁਰੂ ਪਾਤਸ਼ਾਹ ਨੇ ਉੱਚੀ ਸਟੇਜ ਲਵਾਈ ਹੋਈ ਹੈ ਅਤੇ ਬੜੀ ਦੂਰ ਤੱਕ ਸੰਗਤਾਂ ਬੈਠ ਰਹੀਆਂ ਨੇ ਅਤੇ ਅੱਗੇ ਲਿਖੇ ਹੋਏ ਨੇ ਨਾਰੇ ਜੇ ਤਾਂ ਪ੍ਰੇਮ ਖੇਲਣ ਕਾ ਚਾ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧੀਜਾ ਸਿਰ ਦੀਜਾ ਕਾਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣਗਾ ਤਾਂ ਆਓ ਹਮਾਰੇ ਪਾਸ ਸੰਗਤਾਂ ਹੈਰਾਨ ਹੁੰਦੀਆਂ ਵੀ ਇਹੋ ਜਿਹੇ ਸਖਤ ਹੁਕਮ ਮਹਾਰਾਜ ਲਿਖੇ ਹੋਏ ਨੇ ਸੰਗਤਾਂ ਬਹਿ ਜਾਂਦੀਆਂ ਨੇ ਅਤੇ ਇੱਕ ਟੱਕ ਸਟੇਜ ਵੱਲ ਤੱਕਦੀਆਂ ਨੇ ਵੀ ਸਤਿਗੁਰੂ ਅੱਜ ਸਾਨੂੰ ਕੀ ਹੁਕਮ ਸੁਣਾਉਣਗੇ ਕੀ ਪੈਗਾਮ ਹੈ ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਵੇਲੇ 80,000 ਦੇ ਇਕੱਠ ਦੇ ਵਿੱਚ ਸੰਗਤਾਂ ਦੇ ਸਾਹਮਣੇ ਤਲਵਾਰ ਲਹਿਰਾ ਕੇ ਪੇਸ਼ ਹੋ ਰਹੇ ਨੇ ਅਤੇ ਇਉਂ ਇੱਕ ਮੁੱਖ ਤੋਂ ਬਚਨ ਉਚਾਰ ਰਹੇ ਨੇ ਇੱਕ ਸਿੱਖ ਦੇ ਸਿਰ ਦੀ ਲੋੜ ਮੈਨੂੰ 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 ਇੱਕ ਕਰੇ ਕਾਜ ਅਰਪੇ ਨਿਜ ਪ੍ਰਾਨਾ ਹੈ ਕੋਈ ਪਿਆਰਾ ਆਵਾਜ਼ ਸੁਣੀ ਗਈ ਹੈ ਭਾਈ ਦਇਆ ਰਾਮ ਜੀ ਲਾਹੌਰ ਦਾ ਰਹਿਣ ਵਾਲਾ ਖੱਤਰੀ ਜਾਤੀ ਹੈ 13 ਸਾਲ ਦੀ ਉਮਰ ਵਿੱਚ ਗੁਰੂ ਕਲਗੀਧਰ ਦੇ ਚਰਨੀ ਆਇਆ ਸੀ ਸੋਚਦਾ ਵਾ ਦਇਆ ਰਾਮ ਗੁਰੂ ਕਲਗੀਧਰ ਵਰਗਾ ਗੁਰੂ ਸੀਸ ਮੰਗੇ ਤੂੰ ਦੇਰ ਲਾ ਦਿਵੇ
ਸਤਿਗੁਰੂ ਦਾ ਕਹਿੰਦੇ ਜਗ ਦੇ ਉੱਤੇ ਭਗਤਾਂ ਸੂਰਮਿਆਂ ਦਾਨੀਆਂ ਦੇ ਨਾਲ ਰਹਿੰਦੇ ਹੁੰਦੇ ਨੇ। ਚੱਲ ਤੂੰ ਦੇਰ ਨਾਲ ਆ ਅੰਦਰ ਵਿਚਾਰ ਚੱਲੀ ਜੀਵਤ ਸਦਾ ਕਉ ਥਿਰ ਨਾਹੀ ਹਿਰਦੈ ਵਿਚਾਰ ਕੀਨ ਤਬ ਤਾਹੀ ਐਸੋ ਸਮਾਂ ਨਹੀਂ ਪੁੰਨ ਪਾਵੈ ਸਤਿਗੁਰ ਕਾਜ ਸੀਸ ਤੋਂ ਲਿਆਵੇ ਫਿਰ ਅਸੀਂ ਇਸ ਗੁਰੂ ਦੇ ਕੰਮ ਆ ਜਾਵਾਂ। ਛਾਲ ਮਾਰ ਕੇ ਸਟੇਜ 'ਤੇ ਚੜ੍ਹਦਾ ਹੈ ਸਤਿਗੁਰੂ ਕਹਿੰਦੇ ਅੱਛਾ ਸਿਰ ਦੇਣਾ ਦੇਣਾ ਸਿਰ ਹਾਂ ਮਹਾਰਾਜ ਸੋਲਾਂ ਕਲਗੀ ਤਾਰ ਤੱਕੇ ਉਹ ਪ੍ਰਿਅੰਕਾ ਪ੍ਰਿਅੰਕਾ ਪਿਆਰ ਨਾਲ ਤੱਕਿਆ ਦੇਣਾ ਸਿਰ ਕਹਿੰਦਾ ਹਾਂ ਮਹਾਰਾਜ ਹਾਜ਼ਰ ਸਿਰ ਵੇਖਦੇ ਆ ਤੂੰ ਬੜੀ ਤੂੰ ਅੰਮ੍ਰਿਤ ਦੀ ਖਾਨ ਰੀਝੇ ਜੇ ਸਿਰ ਦਿੱਤਿਆਂ ਲੈ ਮੇਰੇ ਸੁਲਤਾਨ ਸੱਚੇ ਪਾਤਸ਼ਾਹ ਦੇ ਵਿਸ਼ੇ ਪਕਾਰਾਂ ਦਾ ਭਰਿਆ ਜੇ ਤੈਨੂੰ ਸਿਰ ਦੀ ਲੋੜ ਆ ਸਿਰ ਹਾਜ਼ਰ ਹੈ। ਸਤਿਗੁਰੂ ਕਹਿੰਦੇ ਦੇਣੋ ਸਿਰ ਤਾਂ ਉਹਨੂੰ ਸ਼ੰਕਾ ਆ ਜਾ ਅੱਗੇ ਵਧਿਆ ਅੱਗੇ ਵੱਧਦੇ ਨੇ ਅਤੇ ਸਤਿਗੁਰਾਂ ਨੇ ਉਸ ਵੇਲੇ ਤੰਬੂ ਦੇ ਵਿੱਚ ਲਿਜਾਣਾ ਕੀਤਾ ਭਾਈ ਦਇਆ ਸਿੰਘ ਦੇ ਸੀਸ ਨੂੰ ਧੜ ਤੋਂ ਅਲੱਗ ਕਰ ਦਿੱਤਾ ਹੈ। ਲਹੂ ਦੇ ਨਾਲ ਭਿੱਜੀ ਤਲਵਾਰ ਦੇ ਨਾਲ ਸਤਿਗੁਰੂ ਫਿਰ ਬਾਹਰ ਆਉਂਦੇ ਨੇ। ਸਿੱਖੋ ਇੱਕ ਹੋਰ ਸਿੱਖ ਦੇ ਸਿਰ ਦੀ ਲੋੜ ਹੈ। ਦੂਜੇ ਆਵਾਜ਼ ਖਤਮ ਆਉਂਦੀ ਆ ਭਾਈ ਧਰਮਦਾਸ ਦਿੱਲੀ ਦਾ ਰਹਿਣ ਵਾਲਾ ਜੱਟ ਉੱਠਿਆ ਸੱਚੇ ਪਾਤਸ਼ਾਹ ਸਿਰ ਹਾਜ਼ਰ ਹੈ। ਉਹਨੂੰ ਵੀ ਸਤਿਗੁਰੂ ਅੰਦਰ ਲੈ ਜਾਂਦੇ ਨੇ ਤਲਵਾਰ ਦੇ ਚੱਲਣ ਦੀ ਉੱਦਾਂ ਆਵਾਜ਼ ਆਉਂਦੀ ਹੈ। ਤੀਜੀ ਆਵਾਜ਼ ਫਿਰ ਆਈ ਹੈ ਸਿੱਖੋ ਧਰਮ ਦਾ ਕਾਰਜ ਪੂਰਾ ਨਹੀਂ ਹੋਇਆ ਉੱਠੋ ਕੋਈ ਪਿਆਰਾ। ਭਾਈ ਹਿੰਮਤ ਚੰਦ ਜੀ ਅੱਗੇ ਵੱਧਦਾ ਹੈ ਸੱਚੇ ਪਾਤਸ਼ਾਹ ਸਿਰ ਹਾਜ਼ਰ ਹੈ। ਕੀ ਨਾਂ ਆ ਭਾਈ ਤੇਰਾ? ਸੱਚੇ ਪਾਤਸ਼ਾਹ ਮੇਰਾ ਨਾਂ ਹਿੰਮਤ ਚੰਦ ਹੈ। ਵਾਹ ਬਈ ਵਾਹ, ਮੈਨੂੰ ਵੀ ਹਿੰਮਤ ਦੀ ਲੋੜ ਸੀਗਾ। ਧਰਮ ਦੀ ਸ਼ੁਰੂਆਤ ਦੇ ਲਈ ਦਇਆ ਦੀ ਲੋੜ ਹੁੰਦੀ ਆ। ਦਇਆ ਸਿੰਘ ਆ ਗਿਆ, ਉਹ ਤੋਂ ਬਾਅਦ ਦਇਆ ਤੋਂ ਬਾਅਦ ਧਰਮ ਸ਼ੁਰੂ ਹੁੰਦਾ। ਧਰਮੀ ਬੰਦੇ 'ਚ ਹਿੰਮਤ ਹੋਣੀ ਚਾਹੀਦੀ ਹੈ। ਆ ਜਾ ਉਹਨੂੰ ਵੀ ਸਤਿਗੁਰਾਂ ਨੇ ਸੀਸ ਕੱਟ ਕੇ ਉਹ ਮਾਰਿਆ। ਚੌਥੀ ਆਵਾਜ਼ ਫਿਰ ਆਈ ਆ, ਭਾਈ ਮੋਹਕਮ ਚੰਦ ਜੀ ਉੱਠਦੇ ਨੇ ਸੀਸ ਅਰਪਣ ਕਰ ਗਏ। ਪੰਜਵੀਂ ਆਵਾਜ਼ ਫਿਰ ਆਈ ਹੈ, ਭਾਈ ਸਾਹਿਬ ਚੰਦ ਜੀ ਉੱਠਦੇ ਨੇ ਅਤੇ ਹੁਣ ਸਤਿਗੁਰੂ ਜੀ ਬਾਹਰ ਨਹੀਂ ਆ ਰਹੇ। ਸੰਗਤਾਂ ਉਡੀਕਦੇ ਹਾਂ ਵੀ ਸਤਿਗੁਰੂ ਬਾਹਰ ਨਹੀਂ ਆ ਰਹੇ, ਪਤਾ ਨਹੀਂ ਕੀ ਹੋ ਗਿਆ, ਇੰਨਾ ਟਾਈਮ ਲੱਗ ਗਿਆ। ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਨੂੰ ਭਾਵੇਂ ਇੱਥੇ ਵੱਖੋ ਵੱਖਰੀਆਂ ਰਾਇਆਂ ਨੇ ਪਰ ਮੈਂ ਇੰਨਾ ਮੇਰੇ ਕੋਲ ਸਮਾਂ ਨਹੀਂ, ਮੈਂ ਵਿਚਾਰ ਕਰਾਂ। ਕੋਈ ਕਹਿੰਦੇ ਜੀ ਮਹਾਰਾਜ ਨੇ ਬੱਕਰੇ ਬੰਨੇ ਹੋਏ ਸੀ, ਕਈਆਂ ਨੇ ਇਹ ਲਿਖਿਆ ਕਹਿੰਦੇ ਜੀ ਮਹਾਰਾਜ ਨੇ ਆਵਾਜ਼ ਮਾਰੀ ਸਨਾਟਾ ਹੀ ਛਾ ਗਿਆ, ਕਹਿੰਦੇ ਫਿਰ ਆਵਾਜ਼ ਮਾਰੀ ਸਾਰਿਆਂ ਦੇ ਰੰਗ ਪੀਲੇ ਹੀ ਪੈ ਗਏ, ਕਹਿੰਦੇ ਤੀਜੀ ਆਵਾਜ਼ ਮਾਰੀ ਸੀ ਕਹਿੰਦੇ ਫਿਰ ਭਾਈ ਦਇਆ ਸਿੰਘ ਉੱਠਿਆ ਸੀ ਕੰਬਦਾ ਕੰਬਦਾ, ਅਕਲ ਦੇ ਅੰਨੇ ਨੇ ਗਾ। ਜਦੋਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕੇ ਹਾਂ ਵੀ ਜਦ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕੀਤਾ ਕਰਨ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ, ਭਾਈ ਸਤੀ ਦਾ, ਭਾਈ ਦਿਆਲੇ ਨੂੰ ਉਹ ਸਾਹਮਣੇ ਸ਼ਹੀਦੀਆਂ ਪਾ ਗਏ ਕਿ ਗੁਰੂ ਕਲਗੀਧਰ ਪਾਤਸ਼ਾਹ ਵੇਲੇ ਇੱਕ ਵੀ ਸਿੱਖ ਨਹੀਂ ਸੀ ਹੈਗਾ। ਜੋ ਤੁਹਾਨੂੰ ਜੇ ਪਹਿਲਾਂ ਦੱਸਿਆ ਹੈ ਵੀ 500 ਮੁਕਤ ਆਤਮਾਵਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਥ ਦੇਣ ਦੇ ਲਈ ਧੁਰੋਂ ਭੇਜੀਆਂ ਗਈਆਂ, ਜਿਹੜੇ ਪਹਿਲਾਂ ਹੀ ਮੌਤ ਤੋਂ ਉੱਪਰ ਸੀਗਾ, ਮੌਤ ਤੇ ਫਤਿਹ ਪਾ ਚੁੱਕੇ ਸੀ, ਉਹ ਡਰਦੇ ਸੀ। ਪੜ ਲਓ ਉਹ ਮਰਨ ਮੂਨ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਮਰਨ ਮੂਨ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਮਰਨ ਮੂਨ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ, ਮਰਨ ਮੂਨ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ।
سر پر ہو گئے ستگرو پادشاہ جی باہر نہیں آ رہے ستگران نے اس ویلے پنجے بانیاں دا جاپ کر کے تے پنجاں دے سیساں نو امر دے چھٹے مار کے سرجیت کیتا ہے تے ساری سنگتاں دے سامنے لے کے جا ستگرو پیش ہوئے نا سارے آن لگن بھی ایدے چ گرو کلنگی تر کیڑا تے سنگھ کیڑا ہے پچھانے نہ ہوئے ستگران نے سارے آن دے سامنے کھڑے کر کے اچا بولے کہندے سات سنگت جی اج سکھی دا بیج رکھیا گیا گرو نانک نے سکھی دا بیج رکھیا سی گرو انگد نوں پرگٹ کیتا سی نمسکار کیتی سی راکھیو سکھی بیج جگ انگد گرو سمان سب سنگت کے تار بے سمرت پے اے پنچ جانو موہے سمان تن بھید رہیو نا رنچ ਸਾਵਨ ਸਨਾਵਨ ਕਾਰਨੇ ਉੱਚੇ ਕੀਨ ਬਹਾਨ ਸਤਿਗੁਰੂ ਉੱਚਾ ਬੋਲੇ ਕਹਿੰਦੇ ਬਈ ਅੱਜ ਨਾ ਇਹ ਪੰਜ ਹੋ ਗਏ ਪੰਜ ਦਾ ਸਿਧਾਂਤ ਕਾਇਮ ਕੀਤਾ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਬਾਬਾ ਦਰਗਹਿਮਾ ਪੰਜ ਦੀ ਗੁਰੂ ਘਰ ਦੇ ਵਿੱਚ ਬੜੀ ਬਹਾਨਤਾ ਹੈ ਪੰਜ ਬਾਣੀਆਂ ਨੇ ਮੁਸਲਮਾਨਾਂ ਦੀਆਂ ਪੰਜ ਨਵਾਜਾਂ ਨੇ ਹਨਾ ਪੰਜ ਸਰੀਰ ਦਾ ਬਣਿਆ ਇਹ ਸਰੀਰ ਹੈ ਪੰਜ ਤੱਤ ਦਾ ਪੁਤਲਾ ਹਨਾ ਪੰਜ ਇਹਦੇ ਅੰਦਰ ਕਾਮ ਕ੍ਰੋਧ ਹੰਕਾਰ ਲੋਭ ਮੋਹ ਇਹਨੂੰ ਤੰਗ ਕਰਦੇ ਪੰਜ ਇਹਨੂੰ ਨਸ਼ੇ ਚੜ੍ਹਦੇ ਸਬਦ ਸਬਾਤ ਰੂਪ ਰਸ ਗੰਧ ਦੇ ਨਸ਼ੇ ਉਹ ਪੰਜ ਨੇ ਰਾਜ ਮਾਲ ਰੂਪ ਜਾ ਜੋਵਨ ਇਹ ਵੀ ਪੰਜੇ ਠੱਗ ਨੇ ਤਖਤ ਵੀ ਸਾਡੇ ਪੰਜ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਅੱਜ ਪੰਜ ਦਾ ਸਿਧਾਂਤ ਕਾਇਮ ਕਰ ਦਿੱਤਾ ਤੇ ਜਾ ਸਾਰਿਆਂ ਨੇ ਦੇਖਿਆ ਵੀ ਕਮਾਲ ਹੈ ਇਹ ਤਾਂ ਗੁਰੂ ਦੇ ਰੂਪ ਬਣ ਗਏ ਜੇ ਸਾਨੂੰ ਪਤਾ ਹੁੰਦਾ ਅਸੀਂ ਵੀ ਸੀਸ ਅਰਪਣ ਕਰ ਜਾਂਦੇ ਅਸੀਂ ਪਿੱਛੇ ਕਿਉਂ ਰਹਿ ਗਏ ਸੱਚੇ ਪਾਤਸ਼ਾਹ ਸਾਡੇ ਤੇ ਵੀ ਆਹੀ ਕਿਰਪਾ ਕਰੋ ਜਿਹੜੀ ਇਹਨਾਂ ਤੇ ਕਰੀ ਆ ਸਤਿਗੁਰੂ ਕਹਿੰਦੇ ਹੁਣ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਕਿਰਿਆ ਕਰਨ ਲੱਗਿਆ ਤੁਸੀਂ ਧਿਆਨ ਨਾਲ ਦੇਖਿਓ 80,000 ਦਾ ਇਕੱਠ ਬੈਠਾ ਤੇ ਸਤਿਗੁਰੂ ਪਾਤਸ਼ਾਹ ਜੀ ਪੰਜਾਂ ਅੱਗੇ ਪੇਸ਼ ਹੋਏ ਕਹਿੰਦੇ ਸਿੱਖੋ ਭਾਈ ਦਇਆ ਰਾਮ ਜੀ ਦਇਆ ਸਿੰਘ ਬਣ ਗਏ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਸਾਹਿਬ ਸਿੰਘ ਬਣ ਗਏ ਸਿੰਘ ਨਾਮ ਸ਼ੇਰਦਾ ਹੈ ਕਹਿੰਦੇ ਹੁਣ ਤਾਂ ਕਰੋ ਮੈਂ ਆਪਣੇ ਆਪ ਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਹੀਂ ਖਵਾ ਸਕਦਾ ਕਿਉਂਕਿ ਮੈਂ ਇੱਕ ਮਰਿਆਦਾ ਬੰਨਣੀ ਹੈ ਪਤਾ ਸੀ ਮਹਾਰਾਜ ਨੂੰ ਵੀ ਆਉਣ ਵਾਲੇ ਸਮੇਂ 'ਚ ਕਿਸੇ ਕਹਿਣਾ ਵੀ ਅੰਮ੍ਰਿਤ ਛਕ ਲੈਣਾ ਇਹ ਮੇਰੇ ਮੂਰਖ ਸਿੱਖਾਂ ਨੇ ਮੰਨਣਾ ਹੀ ਨਹੀਂ ਹੈਗਾ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਮੇਰਾ ਮਨ ਸਾਫ ਹੋਣਾ ਚਾਹੀਦਾ ਪਰ ਸਤਿਗੁਰੂ ਪਾਤਸ਼ਾਹ ਨੂੰ ਲੋੜ ਕੋਈ ਨਹੀਂ ਸੀ ਸਾਨੂੰ ਕਮਲਿਆਂ ਨੂੰ ਸਿੱਖਿਆ ਦੇਣ ਦੇ ਲਈ ਉਹ ਅੰਮ੍ਰਿਤ ਦੀ ਦਾਤ ਦੀ ਮੰਗ ਕੀਤੀ ਭਾਈ ਦਇਆ ਸਿੰਘ ਜੀ ਤੇ ਸਾਰੇ ਕਹਿਣ ਸੱਚੇ ਪਾਤਸ਼ਾਹ ਸਾਡੀ ਕੀ ਤਾਕਤ ਹੈ ਅਸੀਂ ਤੁਹਾਨੂੰ ਅੰਮ੍ਰਿਤ ਦਈਏ ਸਤਿਗੁਰੂ ਕਹਿੰਦੇ ਨਹੀਂ ਕਹਿੰਦੇ ਹੁਣ ਸੰਕ ਨਾ ਕਰੀਜੇ ਸਾਵਧਾਨ ਹੋਏ ਤੀਜਾ ਅੰਮ੍ਰਿਤ ਛਕਾਵੋ ਮੋਹੇ ਜੈਸੇ ਤੁਮ ਲੀਨੇ ਜਿਵੇਂ ਤੁਸੀਂ ਲਿਆ ਨਾ ਮੈਨੂੰ ਵੀ ਛਕਾ ਦਿਓ ਤੇ ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਦੀ ਇਉਂ ਮੰਗ ਕਰਦਾ ਹੈ ਓ ਮੰਗਾ ਖਾਲਸਾ ਹੁਣੇ ਅੰਮ੍ਰਿਤ ਦੀ ਦਾਤ ਮੈਂ ਮੰਗਾ ਖਾਲਸਾ ਹੁਣੇ ਅੰਮ੍ਰਿਤ ਦੀ ਦਾਤ ਮੈਂ
گرو ہے گرو خالصہ کروں میں آو تسی میں نے ہونا امرتی داد بخشو تے اوس ویلے ایسا بھی بچار اتیاس کاران دے آندا ہے کہ گرو پادشاہ جی نے جد امرتی داد منگی بھائی دیا سنگھ جی پہلے تے چپ کر رہے بھی مہاراجا سنگھ تھانوں امرتی داد دئیے جد گرو مہاراج نے کہا بھی نہیں میرے تے کرپا کرو بھائی دیا سنگھ جی کہن لگے کہندے مہاراج اسی یہ امرت دی دات لئی ہے تے شیش ارپن کیتے نے اس امرت دا مول تسی دسو کی داؤں گے ستگرو کلگی تر پاتشاہ رو چاہ کے کہندے دیا سنگھ جی تسیں ایک ایک شیش دتا ہے پر اس امرت دا مول میں تارتا نہیں سکدا پر ہاں میں تھوڑے نال پنتھ خالصے دے نال وعدہ کردا جتھے جتھے بھی میرے پروار دے سراں دی لوڑ پائے گی میں حاضر کراں گا تے اس امرت دا مول تارن دا جتن کراں گا ستگرو نے کیتا ہو سو اس طرح ستگرو دی کریا دیکھ کے نا ستگرو کہندے لو پھر ہن جنہیں انہاں ورگے بننا ہے تھوڑے پنتھ وچ شامل ہونا ہے جی اج میں ساجنا کر رہا ہاں تسیں ہن بھائی دیا سنگھ جی کھلے امر تیار کرن گے تے تسیں تیاریاں کرو کھلے امرت تیار ہو گئے تے ایسا دسدے نے بھی 20,000 بندے نے اس دن ایکو دن امر چھک لیا 80,000 تو 20,000 منو خالصے دے راج آ گیا ایک قسم دا تے ایسا بھی مہاپرو دسیا کر دے کہ جڑا امرت ادوں تیار ہویا گرو کلنگی تر پادشاہ نے تیار کریا او چڑیاں نے دو دو کٹاں پی لیاں تے جا دو دو کٹاں پیتیاں باجا تے چوٹے لے کے بیٹھ بابا گرواک سنگھ جی بابے بڈھے دی آس بس چوں بابا رام کور جی بینتی کر دے ماتا جی تیرے لال نے پتہ نہیں کی کر دیتا ہے ہے جا امرت تیار کریا ہے چڑیاں باجاں تے چوٹے لے کے پیندیاں نے لہو لہان ہوئی پہ تھی کرپا کرو اس ویلے ماتا جیتو جی پتاسے لے کے حاضر ہوتے ہیں ستگرو نے بڑے پیار نال تکیا کہندے جیت جی اج ماں والا فرج ادا کر گئی تھی کہندے اے پنتھ بڑا تیز ترار والا ہونا سی ناتر پنتھوت بڈ کرورا تیز کرود کلا کل پورا پلو پایا تو چل کر آئی نیر وکھے پائی مدرائی تم بہت بھلا کیتا اس دے وچ مٹھاس پیدا کر دیتی ہے ہن امرت دیاں داتاں پاگاں والے نے ملدیاں نے ایویں نہیں ملدیاں سر نال من جان امرت کھوج دے سو امرت گر تے پایا دیوی دیوتے ترس دے رہے امرت نہیں ملیا سکندر ورگے ترس دے رہے پر نہیں ملیا کھوجاں کیتیاں گیاں نہیں ملیا یہ تے پاگاں والے نوں امرت ملدا ہے تے پھر کمائیاں شروع ہوندیاں نے تے گرو پادشاہ نے مانو 1699 دی وساکھی نوں اج او فوج پرگٹ کر دتی جہدے بارے بچن آئے خالصہ اکال پرخ کی فوج پرگٹیو خالصہ پرماتم کی موج تے او فوج جویں فوجاں نے کوئی سی وی ایس دوئی ہے سی آر پی ہے کوئی دوئی ہے کوئی کس طرح ہے نا وکھ وکھرے ناؤں نے انہاں دے پر گرو پادشاہ نے وہ فوج تیار کیتی جیہدا نام کہ اکال پرکھ دی فوج ہے پھر جڑی اکال پرکھ دی فوج آ وہدا سدھانت بھی پھر بڑا اچا ہوئے گا وہدی ڈیوٹی بھی بڑی اچی ہوئے گی اکال پرکھ دا کام اکال پرکھ دا ہوئی وہدی فوج کرو گی حکم ہوئے گا اکال پرکھ دا بھی آ کام تسی کرنا ہے تے اس طرح 1699 دی وساکھی نو گرو پادشاہ نے یہ پنتھ پرگٹ کیتا تے پھر نال گرو مہاراج نے ایسے بچن کیتے پنتھ خالصہ کھیتی میری کرو سنبھال بہت سکھیری تے گرو پادشاہ جی نے اس طرح یہ 1699 دی وساکھی نو پرگٹ کیتا قوم اے فوج اکال دی پرگٹ ہوگی پرگٹ ہوگی اے فوج اکال دی پرگٹ ہوگی پرگٹ ہوگی
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋ ਨਿਹਾਲ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ਾਂ ਆਉਂਦੀਆਂ ਨੇ ਸਤਿਗੁਰਾਂ ਨੂੰ ਪਤਾ ਸੀ ਵੀ ਸਮਾਂ ਭਿਆਨਕ ਆਉਣਾ ਹੈ ਤੇ ਕਹਿੰਦੇ ਭਾਈ ਹੁਣ ਤਿਆਰੀਆਂ ਕਰੋ ਕੋਈ ਤੀਰ ਅੰਦਾਜ਼ੀ ਸਿੱਖਦਾ ਕੋਈ ਘੋੜ ਸਵਾਰੀ ਕੋਈ ਨਿੱਜੇ ਬਾਜੀ ਸਿੱਖਦਾ ਕੋਈ ਗੱਤਕਾ ਸਿੱਖ ਰਿਹਾ ਅਨੰਦਪੁਰ ਦੀ ਧਰਤੀ 'ਤੇ ਆਨੰਦ ਵਰਤ ਰਿਹਾ ਹੈ ਰਣਜੀਤ ਨਗਾਰਾ ਸਤਿਗੁਰਾਂ ਨੇ ਬਣਾਇਆ ਬਹੁਤ ਵੱਡਾ ਜਦ ਰਾਤ ਦੇ ਸਮੇਂ ਨਗਾਰੇ 'ਤੇ ਚੋਟਾਂ ਵੱਜਦੀਆਂ ਅੰਮ੍ਰਿਤ ਵੇਲੇ ਚੋਟਾਂ ਵੱਜਦੀਆਂ ਦਸ ਦਸ ਕਿਲੋਮੀਟਰ ਤੱਕ ਵੱਜ ਜਾਂਦੀ ਹੈ ਅਤੇ ਪਹਾੜੀ ਰਾਜਿਆਂ ਨੂੰ ਭਾਜੜਾ ਪੈਂਦੀਆਂ ਨੇ ਉਹ ਪਹਾੜੀ ਰਾਜੇ ਜਿਨ੍ਹਾਂ ਨੂੰ ਕਿਸੇ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ 'ਚੋਂ ਛੁਡਾਇਆ ਸੀ ਅੱਜ ਔਰੰਗਜ਼ੇਬ ਦੇ ਹੁਕਮ ਦੇ ਅਨੁਸਾਰ ਗੁਰੂ 'ਤੇ ਚੜ੍ਹ ਚੜ੍ਹ ਕੇ ਆ ਰਹੇ ਨੇ ਈਰਖਾ ਨਾਲ ਛੱਡ ਰਹੇ ਨੇ ਪਰ ਸਤਿਗੁਰੂ ਕਿਸੇ ਨਾਲ ਬੈਰ ਨਹੀਂ ਕਰਦਾ ਉਹ ਤਾਂ ਸਿਖਾ ਰਿਹਾ ਬਾਬਾ ਪੈਰ ਨਾ ਕਰੀਏ ਕਾਹੂੰ ਘੱਟ ਘੱਟ ਅੱਧ ਬ੍ਰਹਮ ਸਮਾਹੂ ਗੁਰੂ ਕਲਗੀਧਰ ਪਾਤਸ਼ਾਹ ਦਾ ਕਿਸੇ ਨਾਲ ਬੈਰ ਨਹੀਂ ਸੀ ਉਹ ਤਾਂ ਇੱਕ ਸਿਧਾਂਤ ਨੂੰ ਦ੍ਰਿੜ ਕਰਾਉਣਾ ਸੀ ਅਤੇ ਉਹ ਤਾਂ ਇਹ ਕਹਿ ਰਹੇ ਸੀ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗਮ ਕੋ ਬਣਾਈ ਅਪਲਾਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਬੰਦੇ ਸਿਧਾਂਤ ਇਹ ਸੀ ਸਤਿਗੁਰ ਪੁਰਖ ਕੰਮ ਹੈ ਨਿਰਵੈਰ ਨਿਰਾਲਾ ਉਹ ਤਾਂ ਕੰਮ ਕਰਿਆ ਸੀ ਨਿਰਵੈਰ ਸੀ ਗੁਰੂ ਨਿਰਾਲਾ ਸੀ ਅਤੇ ਗੁਰੂ ਪਾਤਸ਼ਾਹ ਦੇ ਉੱਤੇ ਫੌਜਾਂ ਚੜ੍ਹ ਚੜ੍ਹ ਕੇ ਆਉਂਦੀਆਂ ਜਾਂ ਨਗਾਰੇ ਵੱਜਦੇ ਨੇ ਬੈਰੀਆਂ ਨੂੰ ਭਾਜੜਾਂ ਪੈਂਦੀਆਂ ਨੇ ਅਤੇ ਉਸ ਵੇਲੇ ਔਰੰਗਜ਼ੇਬ ਤੱਕ ਸ਼ਿਕਾਇਤਾਂ ਪਹੁੰਚੀਆਂ ਕਿ ਗੁਰੂ ਕਲਗੀਧਰ ਦੀ ਚੜ੍ਹਦੀ ਕਲਾ ਨੂੰ ਰੋਕਿਆ ਜਾਵੇ ਇਹ ਕਿਸੇ ਵੇਲੇ ਰਾਜ 'ਤੇ ਭਾਰੂ ਹੋ ਸਕਦਾ ਹੈ ਅਤੇ ਉਸ ਵੇਲੇ ਗੋਂਦਾਂ ਗੁੰਦੀਆਂ ਗਈਆਂ ਅਤੇ ਅੱਜ ਔਰੰਗਜ਼ੇਬ ਦੇ ਹੁਕਮ ਦੇ ਅਨੁਸਾਰ ਪਹਾੜੀ ਰਾਜਿਆਂ ਦੇ ਮੇਲ ਮਿਲਾਪ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਬੈਰੀਆਂ ਨੇ ਘੇਰਨਾ ਕੀਤਾ ਹੈ ਲੱਖਾਂ ਫੌਜਾਂ ਆ ਕੇ ਸਤਿਗੁਰ ਪਾਤਸ਼ਾਹ ਜੀ ਨੂੰ ਕਿਲ੍ਹੇ ਦੇ ਵਿੱਚ ਘੇਰਦੀਆਂ ਨੇ ਘੇਰਾਬੰਦੀ ਵੱਧਦੀ ਜਾ ਰਹੀ ਹੈ ਅੰਦਰੋਂ ਫੌਜਾਂ ਦਾ ਰਾਸ਼ਨ ਜਾਣਾ ਬੰਦ ਕਰ ਦਿੱਤਾ ਹੈ ਅਤੇ ਉਸ ਵੇਲੇ ਜਾਂ ਜਾਂ ਭੁੱਖ ਦਾ ਦੁੱਖ ਵੱਧਦਾ ਹੈ ਸਿੰਘਾਂ ਦੇ ਮਨ ਡੋਲ ਰਹੇ ਨੇ ਪਰ ਗੁਰੂ ਦੇ ਪਿਆਰ ਵਿੱਚ ਕਾਇਮ ਰਹਿਣ ਦੇ ਲਈ ਸਿੰਘਾਂ ਨੇ ਪੱਤੇ ਵਾਲ ਵਾਲ ਕੇ ਪੀ ਲਏ ਛਿੱਲਾ ਲਾ ਲਾ ਕੇ ਖਾ ਲਈਆਂ ਕਲਗੀਧਰ ਜੀ ਬਾਹਰ ਆਉਂਦੇ ਨੇ ਕੋਈ ਪੱਤਾ ਨਜ਼ਰ ਨਹੀਂ ਆਉਂਦਾ ਛਿੱਦ ਨਜ਼ਰ ਨਹੀਂ ਆਉਂਦੀ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਹ ਕੀ ਹੋ ਗਿਆ ਸਿੰਘੋ ਸੱਚੇ ਪਾਤਸ਼ਾਹ ਤੇਰੇ ਪਿਆਰਿਆਂ ਨੇ ਆਪਣੇ ਜੀਵਨ ਦੀ ਹੋਂਦ ਨੂੰ ਕਾਇਮ ਰੱਖਣ ਦੇ ਲਈ ਪੱਤੇ ਉਬਾਲ ਉਬਾਲ ਕੇ ਪੀ ਲਏ ਛਿੱਲਾ ਲਾ ਲਾ ਕੇ ਛੱਕ ਲਈ ਪਰ ਤੇਰਾ ਸਾਥ ਨਹੀਂ ਛੱਡ ਰਹੇ ਪਰ ਭੁੱਖ ਦਾ ਜਿਹੜਾ ਦੁੱਖ ਹੈ ਇਹ ਬਹੁਤ ਵੱਡਾ ਦੁੱਖ ਮੰਨਿਆ ਗਿਆ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾ ਕੇ ਤੜਕੇ ਆਣ ਖੜੀ ਮੌਤ ਇੱਕ ਵਾਰੀ ਆਉਂਦੀ ਹੈ ਖੇੜਾ ਜਿਹਾ ਛੁੱਟ ਜਾਂਦਾ ਹੈ ਪਰ ਭੁੱਖ 'ਤੇ ਵਾਰ ਵਾਰ ਤੰਗ ਕਰਦੀ ਅਤੇ ਭੁੱਖ ਦਾ ਦੁੱਖ ਇੰਨਾ ਵਧਿਆ ਅਤੇ ਸਿੰਘ ਗੁਰੂ ਮਹਾਰਾਜ ਨੂੰ ਸਲਾਹ ਦਿੰਦੇ ਸੱਚੇ ਪਾਤਸ਼ਾਹ ਜੀ ਕਿਲ੍ਹਾ ਛੱਡਿਆ ਜਾਵੇ ਉੱਧਰ ਗੋਂਦਾਂ ਗੁੰਦੀਆਂ ਜਾ ਰਹੀਆਂ ਅਤੇ ਨਵੀਂ ਨਵੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਨੇ ਅੱਜ ਦੱਸਿਆ ਗਿਆ ਮਹਾਰਾਜ ਹਾਥੀ ਨੂੰ ਸ਼ਰਾਬ ਪਿਲਾ ਕੇ ਭੇਜਿਆ ਜਾ ਰਿਹਾ ਉਹ ਕਿਲ੍ਹੇ ਦਾ ਦਰਵਾਜ਼ਾ ਤੋੜੇਗਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜੇ ਉਹਨਾਂ ਦਾ ਹਾਥੀ ਆ ਰਿਹਾ ਸਾਡਾ ਦੁਨੀ ਚੰਦ ਮੁਕਾਬਲਾ ਕਰੂਗਾ ਇਹ ਕਿਹੜਾ ਹਾਥੀ ਤੋਂ ਘੱਟ ਹੈ ਦੁਨੀ ਚੰਦ ਭਾਵੇਂ ਤਕੜਾ ਬੜਾ ਸੀ ਪਰ ਦਿਲ ਦਾ ਹੌਲਾ ਸੀ ਜਦ ਗੱਲ ਸੁਣੀ ਕਹਿੰਦਾ ਚੰਗਾ ਕਹਿੰਦਾ ਗੁਰੂ ਮੈਨੂੰ ਬਣਾਉਣ ਲੱਗਿਆ ਹਾਥੀ ਦਾ ਹਾਥੀ ਨਾਲ ਮੁਕਾਬਲਾ ਆਉਂਦਾ ਬੰਦੇ ਦਾ ਹੱਥ ਨਾਲ ਕਹਿੰਦਾ ਮੁਕਾਬਲਾ ਰਾਤੋਂ ਰਾਤ ਹਾਥੀ ਨੂੰ ਲੈ ਕੇ ਭੱਜ ਗਿਆ ਪੜ੍ਹਦੇ ਹੁੰਦੇ ਸੀ ਦੁਨੀ ਚੰਦ ਡਿੱਗਿਆ ਕੰਧ ਤੋਂ ਮਰਿਆ ਸੱਪ ਲੜ ਕੇ ਥੱਪ ਲੜ ਕੇ ਮਰ ਗਿਆ ਕਮੌਤੇ ਮਰਿਆ ਅਤੇ ਸਤਿਗੁਰ ਨੂੰ ਦੱਸਿਆ ਮਹਾਰਾਜ ਦੁਨੀ ਚੰਦ 'ਤੇ ਭੱਜ ਗਿਆ ਮਹਾਰਾਜ ਨੇ ਕੋਈ ਗੱਲ ਨਹੀਂ
ਸਾਡਾ 75 ਸਿੰਘ ਹੈਗਾ ਹਾਥੀ ਦਾ ਮੁਕਾਬਲਾ ਕਰੂਗਾ ਤੇ ਉਸ ਵੇਲੇ ਸਤਿਗੁਰੂ ਕਹਿੰਦੇ ਕਿਉਂ 75 ਸਿੰਘ ਹਾਥੀ ਦਾ ਮੁਕਾਬਲਾ ਕਰਨਾ ਕਹਿੰਦਾ ਮਹਾਰਾਜ ਤੇਰੀ ਕਿਰਪਾ ਚਾਹੀਦੀ ਹੈ ਇੱਕ ਹਾਥੀ ਕੀ ਭਾਵੇਂ 50 ਹਾਥੀ ਆ ਜਾਣ ਸਤਿਗੁਰਾਂ ਨੇ ਨਾਗਨੀ ਵਰਸ਼ਾ ਦਿੱਤਾ ਢਾਲ ਦਿੱਤੀ ਹੈ ਜਾ ਫਿਰ ਕਹਿੰਦੇ ਜਾ ਕੇ ਭਾਈ 75 ਸਿੰਘ ਨੇ ਲਲਕਾਰਿਆ ਜਕਾਰਾ ਛੱਡਿਆ ਹਾਥੀ ਦੇ ਮਾਰਿਆ ਨਾਗਨੀ ਵਰਸ਼ਾ ਤੇ ਭੱਜਿਆ ਹੀ ਜਾਂਦਾ ਚੀਕਾ ਮਾਰਦਾ ਜਾਂਦਾ ਹੈ ਬੈਰੀਆਂ ਨੂੰ ਦਰੜ ਗਿਆ ਜਾਣੀ ਚਾਲਾਂ ਫੇਲ ਹੋ ਰਹੀਆਂ ਨੇ ਅੱਜ ਫਿਰ ਚਾਲ ਚੱਲੀ ਗਈ ਘੇਰਾਬੰਦੀ ਵੱਧਦੀ ਜਾ ਰਹੀ ਆ ਭੁੱਖ ਦਾ ਦੁੱਖ ਵੱਧਦਾ ਜਾ ਰਿਹਾ ਹੈ ਤੇ ਅੱਜ ਫਿਰ ਚਾਲ ਚੱਲੀ ਗਈ ਕਹਿੰਦੇ ਇਉਂ ਕਰੋ ਇੱਕ ਆਟੇ ਦੀ ਗਊ ਬਣਾਓ ਇੱਕ ਕੁਰਾਨ ਲਿਆਓ ਗੀਤਾ ਲਿਆਓ ਇਹ ਧਾਰਮਿਕ ਪੁਸਤਕਾਂ ਸੀ ਕੋਈ ਹਿੰਦੂਆਂ ਦੀ ਕੋਈ ਮੁਸਲਮਾਨਾਂ ਦੀ ਸੀ ਕਹਿੰਦੇ ਅਸੀਂ ਇਹਨਾਂ ਨੂੰ ਮੰਨਣ ਵਾਲੇ ਹਾਂ ਧਰਮੀ ਬੰਦੇ ਹਾਂ ਸਹੁੰ ਖਾਂਦੇ ਹਾਂ ਸਾਡੀ ਰਹਿ ਜਾਏਗੀ ਤੁਸੀਂ ਕਿਲ੍ਹਾ ਛੱਡ ਜਾਓ ਜਿੱਥੇ ਰਹਿਣਾ ਰਹੋ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਸਾਡੀ ਇੱਜ਼ਤ ਦਾ ਸਵਾਲ ਅਤੇ ਉੱਧਰ ਜ਼ੋਰ ਪੈ ਰਹੇ ਨੇ ਮਾਤਾ ਜੀ ਨੂੰ ਸਿੰਘ ਕਹਿ ਰਹੇ ਨੇ ਮਾਤਾ ਜੀ ਹੁਣ ਤਾਂ ਦੇਖੋ ਕਸਮਾਂ ਖਾਂਦੇ ਨੇ ਮਹਾਰਾਜ ਸਮਝਾ ਰਹੇ ਨੇ ਸਿੰਘ ਰਾਜੇ ਦੀਆਂ ਕਸਮਾਂ ਦਾ ਤਵਾਰ ਨਹੀਂ ਕਰੀਦਾ ਹੁੰਦਾ ਹੈਗਾ ਇਹਦੇ ਕਾਹਦੀ ਕਸਮ ਹੁੰਦੀ ਆ ਹਿੱਤ ਹੁੰਦਾ ਹਿੱਤ ਪੂਰਾ ਹੋ ਗਿਆ ਕਸਮ ਕਾਇਮ ਆ ਨਹੀਂ ਆ ਜਾਂਦੀ ਹੈ ਪਰ ਸਿੰਘ ਨਹੀਂ ਮੰਨਦੇ ਮਾਤਾ ਜੀ ਨੂੰ ਵੀ ਜ਼ੋਰ ਪਾਇਆ ਜਾ ਰਿਹਾ ਹੈ ਸਤਿਗੁਰੂ ਵਾਰ ਵਾਰ ਕਹਿੰਦੇ ਨੇ ਸਿੱਖੋ ਰੁਕ ਜਾਓ ਕੁਝ ਸਮਾਂ ਸੱਤ ਦਿਨ ਠਹਿਰ ਜਾਓ ਤੁਹਾਡਾ ਰਾਜ ਕਾਇਮ ਹੋ ਜਾਏਗਾ ਸਿੰਘ ਕਹਿੰਦੇ ਸੱਤ ਦਿਨ ਤਾਂ ਮਹਾਰਾਜ ਸੱਤ ਪੈਰ ਨਹੀਂ ਕੱਟ ਸਕਦੇ ਹੁਣ ਅਸੀਂ ਤਾਂ ਚੱਲੇ ਕਿ ਚੱਲੇ ਸਤਿਗੁਰੂ ਕਹਿੰਦੇ ਅੱਛਾ ਵੀ ਤੁਹਾਡੀ ਮਰਜ਼ੀ ਆ ਫਿਰ ਜੇ ਜਾਣਾ ਹੈ ਫਿਰ ਗੱਲ ਸਦੀਆਂ 'ਤੇ ਪੈ ਜਾਏਗੀ ਦੁਖੀ ਹੋਊਗਾ ਪਰ ਜੇ ਬਚਣ ਵਾਲੇ ਨੂੰ ਚੰਗੀ ਗੱਲ ਸੀ ਅਤੇ ਉਸ ਵੇਲੇ ਜਦ ਜਗਣ ਲੱਗੇ ਸਤਿਗੁਰੂ ਕਹਿੰਦੇ ਫਿਰ ਇਹ ਕਾਗਜ਼ 'ਤੇ ਜਾਣ ਲੱਗੇ ਸੈਨ ਕਰਕੇ ਜਾਇਓ ਜੇ ਜਾਣਾ ਜਾਓ ਉਹਦੇ 'ਤੇ ਲਿਖਿਆ ਹੋਇਆ ਹੈ ਗੁਰੂ ਕਲਗੀਆਂ ਵਾਲਿਆ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਹਾਂ ਸੈਨ ਕਰਕੇ ਤੁਰ ਗਏ ਅਤੇ ਗੁਰੂ ਪਾਤਸ਼ਾਹ ਜੀ ਨੂੰ ਲਿਖ ਕੇ ਬਦਾਵਾ ਦੇ ਗਏ ਅਸੀਂ ਸਿੱਖ ਨਾ ਗੁਰੂ ਜੀ ਹੁਣ ਤੇਰੇ ਲਿਖ ਕੇ ਬਦਾਵਾ ਰੱਖ ਲੈ ਸਿੱਖ ਨਾ ਗੁਰੂ ਜੀ ਹੁਣ ਤੇਰੇ ਲਿਖ ਕੇ ਬਦਾਵਾ ਰੱਖ ਲੈ ਨਾ ਗੁਰੂ ਜੀ ਹੁਣ ਤੇਰੇ ਲਿਖ ਕੇ ਬਦਾਵਾ ਰੱਖ ਲੈ ਅਸੀਂ ਸਿੱਖਣਾ ਸਿੱਖਣਾ ਗੁਰੂ ਜੀ ਹੁਣ ਤੇਰੇ ਲਿਖ ਕੇ ਬਦਾਵਾ ਰੱਖ ਲੈ ਸਮਿਆਂ 'ਚ ਬੜੇ ਬੜੇ ਡੋਲਦੇ ਦੇਖੇ ਗਏ ਪਰ ਗੁਰੂ ਕਲਗੀਧਰ ਨਹੀਂ ਡੋਲਦਾ ਤੇ ਸਤਿਗੁਰੂ ਪਾਤਸ਼ਾਹ ਜੀ ਅਡੋਲ ਨੇ ਕੋਈ ਫਰਕ ਨਹੀਂ ਹੈਗਾ ਅੱਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਲ੍ਹੇ ਨੂੰ ਛੱਡਣ ਦਾ ਫੈਸਲਾ ਕੀਤਾ ਡਰਦੇ ਮਾਰਿਆ ਨਹੀਂ ਇੱਕ ਧਾਰਮਿਕ ਸੰਕਟ ਸਾਹਮਣੇ ਆ ਗਿਆ ਵੀ ਇਹ ਗੀਤਾ ਦੀ ਕੁਰਾਨ ਦੀ ਗਊ ਦੀ ਕਸਮ ਖਾਂਦੇ ਨੇ ਧਰਮੀ ਮੰਨਦੇ ਨੇ
ਪਤਾ ਸੀ ਮਹਾਰਾਜ ਨੂੰ ਮਹਾਰਾਜ ਨੇ ਲਿਖਿਆ ਰੰਗਜੇਵ ਨੂੰ ਕਹਿੰਦੇ ਰੰਗਜੇਵ ਤੇਰੀਆਂ ਲੂੰਬੜ ਚਾਲਾਂ ਮਕਾਰ ਧੋਖੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਮੈਨੂੰ ਪਤਾ ਸੀ ਇਹ ਦੀਆਂ ਕਸਮਾਂ ਸਾਰੀਆਂ ਝੂਠੀਆਂ ਨੇ ਮੈਂ ਕਿਲ੍ਹਾ ਛੱਡਾਂਗਾ ਤੇ ਇਹਦੀਆਂ ਫੌਜਾਂ ਨੇ ਮੇਰਾ ਪਿੱਛਾ ਕਰਨਾ ਪਰ ਤੈਂ ਧਾਰਮਿਕ ਗ੍ਰੰਥਾਂ ਦੀ ਆਨ ਸ਼ਾਨ ਨੂੰ ਮਿੱਟੀ 'ਚ ਮਿਲਾਇਆ ਅਸੀਂ ਦੁਨੀਆਂ ਵਿੱਚ ਧਰਮ ਚਲਾਉਣ ਆਏ ਸੀ ਸਾਡੇ ਅੰਦਰ ਆਇਆ ਸਵਾਲ ਉਹ ਮਨਾ ਤੁਸੀਂ ਧਰਮ ਚਲਾਉਣ ਆਏ ਹੋ ਤੇ ਧਰਮ ਨੂੰ ਉੱਚਾ ਕੌਣ ਕਰੇਗਾ ਕਹਿੰਦੇ ਅਸੀਂ ਕਿਲ੍ਹਾ ਛੱਡਿਆ ਪਰ ਤੈਂ ਉਹੀ ਉਹ ਕੁਝ ਕੀਤਾ ਜਿਹਦੀ ਸਾਨੂੰ ਆਸ ਸੀ ਤੇਰੀਆਂ ਫੌਜਾਂ ਨੇ ਸਾਡਾ ਪਿੱਛਾ ਕੀਤਾ ਸੋ 1699 ਵਿੱਚ ਗ੍ਰੰਥ ਖਾਲਸਾ ਦੀ ਸਾਜਨਾ ਹੋਈ ਹੈ ਅਤੇ 20 ਦਸੰਬਰ 1704 ਨੂੰ ਇਹ ਭਾਣਾ ਵਰਤ ਰਿਹਾ ਹੈ ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਰਿਹਾ ਮਾਨੋ ਧਰਤੀ ਕੁਰਲਾ ਉੱਠੀ ਉਹ ਕਲਗੀਆਂ ਵਾਲਿਆ ਇਸ ਧਰਤੀ 'ਤੇ ਇੰਨੇ ਅਨੰਦਪੁਰ ਤਾਉਣ ਵਾਲਿਆ ਅੱਜ ਕਿੱਧਰ ਨੂੰ ਚੱਲਿਆ ਕਿਉਂਕਿ ਧਰਤੀ ਵੀ ਆਵਾਜ਼ਾਂ ਮਾਰਦੀ ਹੈ ਕਰਲਾਉਂਦੀ ਹੈ ਕੋਈ ਆਵੇ ਰੱਬ ਦਾ ਪਿਆਰਾ ਮੈਨੂੰ ਭਾਗ ਲਾਵੇ ਅੱਜ ਇੱਥੇ ਆਪਾਂ ਬੈਠੇ ਹਾਂ ਪਤਾ ਨਹੀਂ ਧਰਤੀ ਨੇ ਦਸ ਦੱਸਦੇ ਹੋਏ ਮੈਨੂੰ ਕਹਿੰਦਾ ਬਾਬਾ ਜੀ ਉੱਥੇ ਡਰ ਕੇ ਲੰਘਿਆ ਕਰ ਭੱਜ ਕੇ ਲੰਘਦੇ ਹੁੰਦੇ ਸੀ ਜੇ ਲੰਘਦੇ ਸੀ ਨਾ ਭੱਜ ਕੇ ਲੰਘਣਾ ਪਰ ਉਹ ਗੁਰੂ ਦਾ ਹੁਕਮ ਦੇਖੋ ਆ ਨੇੜੇ ਨੂੰ ਜੀਟੀ ਰੋਡ ਲੰਘਦੀ ਜਾ ਰਹੀ ਹੈ ਧਰਤੀ ਦੇ ਭਾਗ ਜਾਗ ਰਹੇ ਨੇ ਬਖਸ਼ਾ ਹੋਰ ਆਉਣ ਨੂੰ ਤਿਆਰ ਹੋ ਰਹੀ ਹੈ ਅਤੇ ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਅੱਜ ਅੱਧੀ ਰਾਤ ਨੂੰ ਕਿਲ੍ਹਾ ਖਾਲੀ ਕਰ ਰਹੇ ਨੇ ਅਤੇ ਨਾਲੇ ਮੁੱਖ ਤੋਂ ਐਸੇ ਬਚਨ ਉਚਾਰ ਰਹੇ ਨੇ ਬਸਲਾ ਆਨੰਦਪੁਰੀਏ ਕਰਕੇ ਕੂਚ ਆਸਾਨੀ ਆਉਣਾ ਲੈ ਬਸਲਾ ਆਨੰਦਪੁਰੀਏ ਕਰਕੇ ਕੂਚ ਆਸਾਨੀ ਬਨਸਪਤੀ ਕਮਲਾ ਰਹੀ ਹੈ ਪਸ਼ੂ ਪੰਛੀ ਰੋਂਦੇ ਨੇ ਪਰ ਸਤਿਗੁਰੂ ਪਾਤਸ਼ਾਹ ਜੀ ਛੱਡ ਕੇ ਤੁਰ ਗਿਆ ਫੌਜਾਂ ਨੇ ਪਿੱਛਾ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ ਸਿੰਘਾਂ ਨੂੰ ਲੈ ਕੇ ਸਰਸਾ ਨਦੀ ਦੇ ਕਿਨਾਰੇ 'ਤੇ ਪਹੁੰਚ ਰਹੇ ਨੇ ਸਰਸਾ ਦਾ ਪਾਣੀ ਹੜ੍ਹ ਦੇ ਪਾਣੀ ਵਾਂਗੂ ਵਗ ਰਿਹਾ ਹੈ ਮਾਨੋ ਸਰਸਾ ਦੇ ਪਾਣੀ ਨੇ ਵੀ ਅੱਜ ਗੁਰੂ ਕਲਗੀਧਰ ਦੇ ਨਾਲ ਜਨਮ ਕਮਾਉਣਾ ਕੀਤਾ ਸਤਿਗੁਰੂ ਚਾਹੁੰਦੇ ਇੱਕ ਦ੍ਰਿਸ਼ਟੀ ਦੇ ਨਾਲ ਸਰਸਾ ਦੇ ਵਗਦੇ ਬਹਿਣ ਨੂੰ ਰੋਕ ਸਕਦੇ ਸੀ
ਪਰ ਸਤਿਗੁਰਾਂ ਨੇ ਜਿਹੜੀ ਕਿਰਿਆ ਕਰਨੀ ਸੀ ਪਵਿੱਤਰ ਨਾਟਕ ਕਰਨਾ ਸੀ ਅਧੂਰਾ ਰਹਿ ਜਾਣਾ ਸੀ ਇੱਕ ਆਮ ਮਨੁੱਖ ਮੰਗ ਵਿਚਰਨਾ ਕੀਤਾ ਹੈ ਨਹੀਂ ਲੋਕਾਂ ਨੇ ਕਹਿਣਾ ਸੀ ਗੁਰੂ ਤਾਂ ਸ਼ਕਤੀ ਵਰਤੀਆਂ ਨਿਕਲ ਗਏ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਫੌਜਾਂ ਲੈ ਕੇ ਤੁਰੇ ਬੇਨਤੀਆਂ ਕੀਤੀਆਂ ਬਾਬਾ ਜੀ ਹਰੀ ਸਿੰਘ ਨਲੂਆ ਚੜ੍ਹਾਈ ਕਰ ਗਿਆ ਅਤੇ ਜੇ ਕਿਤੇ ਫੌਜਾਂ ਦੇ ਹਾਲੇ ਹੋ ਗਏ ਉਹਨਾਂ ਨੇ ਰੁਕਣਾ ਨਹੀਂ ਹੈਗਾ ਉਹੀ ਹਾਲ ਪਹਿਰਾ ਵਾਲਾ ਹੋਵੇਗਾ ਉਹ ਬਹਿ ਜਾ ਭਾਈ ਉਹ ਬਹਿ ਜਾ ਐਵੇਂ ਨਾਲ ਕਾਲੀ ਕਰਾਇਆ ਕਰੋ ਸੁਨੇਹੇ ਆ ਗਏ ਵਿੱਚੋਂ ਬਹਿ ਜਾ ਸੁਣ ਲਿਆ ਕਰੋ ਵਿਚਾਰ ਕਾਲੀ ਨਾ ਕਰਿਆ ਕਰੋ ਆਇਆ ਹੀ ਨਾ ਕਰੋ ਬਹਿ ਜਾ ਸੋ ਬੇਰਸੀ ਨਾ ਕਰਿਆ ਕਰੋ ਜੇ ਨਜਾਣਾ ਹੁੰਦਾ ਵਿੱਚ ਵਿਚਾਲੇ ਫਿਰ ਆਇਆ ਨਾ ਕਰੋ ਅਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਉਸ ਵੇਲੇ ਸਰਸਾ ਨਦੀ ਦੇ ਕਿਨਾਰੇ 'ਤੇ ਪਹੁੰਚ ਗਏ ਪਰਿਵਾਰ ਨਾਲ ਮੁੱਠੀ 40 ਗਿਣਤੀ ਦੱਸੀ ਗਈ ਹੈ ਸਿੰਘਾਂ ਦੀ ਉਸ ਵੇਲੇ ਅਤੇ ਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਦੱਸ ਦਿੱਤਾ ਅਤੇ ਪਾਣੀ ਵਗ ਰਿਹਾ ਹੈ ਗੁਰੂ ਮਹਾਰਾਜ ਦ੍ਰਿਸ਼ਟੀ ਦੇ ਨਾਲ ਵਗਦੇ ਬਹਿਣ ਨੂੰ ਰੋਕ ਸਕਦੇ ਸੀ ਮੈਂ ਵਿਚਾਰ ਕਰਦਾ ਸੀ ਬਾਬਾ ਵੀਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਫੌਜਾਂ ਲੈ ਕੇ ਤੁਰੇ ਅਤੇ ਉਸ ਵੇਲੇ ਬੇਨਤੀ ਕਰੀ ਬਾਬਾ ਜੀ ਛੇਤੀ ਪਹੁੰਚਣਾ ਹੈ ਅਟਕਦਾ ਬਹਿਣ ਬੜਾ ਤੇਜ਼ੀ ਨਾਲ ਵਗਦਾ ਹੈ ਬਾਬਾ ਜੀ ਕਹਿੰਦੇ ਭਾਈ ਆਪਾਂ ਰਾਹ ਮੰਗ ਲੈਂਦੇ ਹਾਂ ਦੋ ਘੰਟੇ ਵਿੱਚ ਫੌਜ ਲੰਘਾ ਲਏਗਾ ਕਹਿੰਦਾ ਜੀ ਹਾਂ ਕਹਿੰਦੇ ਅਸੀਂ ਹਾਥੀ ਵਿੱਚ ਵਾੜਾਂਗੇ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ ਹੌਲੀ ਹੌਲੀ ਕਰਾਂਗੇ ਅਤੇ ਤੂੰ ਆਪਣੀਆਂ ਫੌਜਾਂ ਲੰਘਾ ਲਈ ਦੋ ਘੰਟੇ ਦੇ ਵਿੱਚ ਹੌਲੀ ਹੌਲੀ ਪਾਠ ਕਰਿਆ ਸਾਰੀਆਂ ਫੌਜਾਂ ਪਾਰ ਲੰਘ ਗਈਆਂ 80 ਬੰਦੇ ਰਹਿ ਗਏ ਕਹਿੰਦੇ ਲੈ ਕਹਿੰਦੇ ਬਾਬੇ ਨੂੰ ਕ੍ਰੈਡਿਟ ਖਾ ਮਖਾ ਦੇ ਮਿਲ ਗਿਆ ਕਹਿੰਦੇ ਇਹ ਤਾਂ ਪਾਣੀ ਆਪੇ ਉਤਰ ਗਿਆ ਬਾਬੇ ਨੇ ਕੀ ਕਰਤਾ ਇਹ ਤਾਂ ਉਤਰਿਆ ਜਾਂਦਾ ਹੁੰਦਾ ਜਾਂ ਬਾਕੀ ਉਤਰ ਜਾਂਦਾ ਹੁੰਦਾ ਕਹਿੰਦੇ ਅਸੀਂ ਤਾਂ ਉਦੋਂ ਲੰਘਣਾ ਹੈ ਜਦੋਂ ਬਾਬਾ ਬਾਹਰ ਨਿਕਲ ਜੂ ਮਹਾਂਪੁਰਖਾਂ ਨੇ ਝੰਡੀ ਖੜੀ ਕਰਤੀ ਵੀ ਆਖਰੀ ਅਸ਼ਟ ਵਧੀਆ ਲੰਘਿਆ ਉਹ ਅਤੇ ਮਹਾਂਪੁਰਖ ਬਾਹਰ ਨਿਕਲ ਗਏ ਅਤੇ ਉਸ ਵੇਲੇ ਇਹ ਵਿੱਚ ਵੜ ਗਏ 80 ਬੰਦੇ ਉੱਧਰ ਪਾਣੀ ਦੀ ਠੱਲ ਆਈ ਅਤੇ ਸਾਰਿਆਂ ਨੂੰ ਹੜਾ ਕੇ ਲੈ ਗਏ ਬਾਬਾ ਵੀਰ ਸਿੰਘ ਜੀ ਪੁੱਛਦੇ ਕਿਉਂ ਵੀ ਲੰਘੀਆਂ ਫੌਜਾਂ ਕਹਿੰਦਾ ਬਾਬਾ ਜੀ ਫੌਜਾਂ ਲੰਘਦਾ ਗਈਆਂ ਪਰ 80 ਬੰਦੇ ਹੜ ਗਏ ਕਹਿੰਦੇ ਚੱਲ ਨਾਸਤਕ ਸੀ ਖਵਾਜਾ ਖਿਜਰ ਨੂੰ ਬਲੀ ਵੀ ਤਾਂ ਦੇਣੀ ਉਹ ਸੀ ਨਹੀਂ ਮੰਨਿਆ ਇਹਨਾਂ ਨਹੀਂ ਭਰੋਸਾ ਆਇਆ ਕੋਈ ਗੱਲ ਨਹੀਂ ਜਾਣੀ ਵਗਦੇ ਪਾਣੀ ਦੇ ਬਹਿਣ ਨੂੰ ਰੋਕਿਆ ਮੂਸਾ ਅੱਲਾਹ ਤਾਲਾ ਦੀ ਬੰਦਗੀ ਕਰਦਾ ਮੂਸੇ ਦੇ ਪਿੱਛੇ ਫਰੋਨ ਦੀਆਂ ਫੌਜਾਂ ਆ ਰਹੀਆਂ ਨੇ ਅਤੇ ਉਸ ਵੇਲੇ ਲਾਲ ਸਾਗਰ ਹੈ ਸਮੁੰਦਰ ਹੈ ਡੂੰਘਾ ਕਿਵੇਂ ਲੰਘਿਆ ਜਾਵੇ ਮੂਸਾ ਹੁਣ ਭਗਤ ਸੀ ਅੱਲਾਹ ਦਾ ਉਸ ਵੇਲੇ ਅਰਦਾਸਾਂ ਕਰਦਾ ਹੈ ਅੱਲਾ ਮੇਰੇ ਭਗਤਾਂ ਨੂੰ ਬਚਾ ਜਿਵੇਂ ਆਪਾਂ ਗੁਰੂ ਨੂੰ ਮੰਨਦੇ ਹਾਂ ਇੱਦਾਂ ਉਹਦੀ ਵੀ ਮਾਨਤਾ ਸੀ ਆਵਾਜ਼ ਆਈ ਕਹਿੰਦੇ ਮੂਸਿਆ ਡੰਡਾ ਮਾਰ ਕੇ ਸਾਗਰ ਤੋਂ ਰਾਹ ਮੰਗ ਲਿਆ ਮੂਸੇ ਨੇ ਡੰਡਾ ਮਾਰਿਆ ਅਤੇ ਛੱਲਾਂ ਇੱਧਰ ਉੱਧਰ ਹੋ ਗਈਆਂ ਮੂਸਾ ਅਤੇ ਮੂਸੇ ਦੇ ਸਾਥੀ ਲੰਘ ਗਏ ਪਿੱਛੋਂ ਫਰਾਉਣ ਦੀਆਂ ਫੌਜਾਂ ਆਈਆਂ ਉਸ ਵੇਲੇ ਪਾਣੀ ਆਪਸ ਮਿਲ ਗਿਆ ਸਾਰੀ ਖਤਮ ਹੋ ਗਈ ਇਸ ਕਰਕੇ ਇਹਦੇ ਨਾਲ ਲਾਲ ਸਾਗਰ ਪੈ ਗਿਆ ਸੀ ਅਤੇ ਇਸ ਤਰ੍ਹਾਂ ਬੜੀਆਂ ਮਸਾਲਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਇੱਕ ਵਾਰੀ ਡੱਲਾ ਕਹਿੰਦਾ ਮਹਾਰਾਜ ਔੜ ਲਾ ਗਈ ਮਹਾਰਾਜ ਬਸੀ ਤਾਂ ਬਾਜਰਾ ਜਾਂ ਬੀਜਿਆ ਗਿਆ ਹੈ ਕਿਰਪਾ ਕਰੋ ਮਹਾਰਾਜ ਕਹਿੰਦੇ ਕੋਈ ਨਾ ਕਹਿੰਦੇ ਇਉਂ ਕਰ ਕਹਿੰਦੇ ਇੰਦਰ ਨੂੰ ਆਵਾਜ਼ ਮਾਰ ਕੇ ਕਹਿ ਦੇ ਵੀ ਇੰਦਰ ਮੀਂਹ ਪਾ ਉਹ ਬਾਹਰ ਨਿਕਲਿਆ ਕਹਿੰਦਾ ਇੰਦਰ ਮੀਂਹ ਪਾ ਉਹ ਮੀਂਹ ਪੈ ਗਿਆ ਫਿਰ ਔੜ ਲੱਗ ਗਈ ਕਹਿੰਦਾ ਮਹਾਰਾਜ ਹੁਣ ਤਾਂ ਬਾਜਰਾ ਸਿਰੇ ਹੀ ਪਹੁੰਚਿਆ ਹੋਇਆ ਮੋਠ ਵੀ ਸਿਰੇ ਪਹੁੰਚੇ ਹੋਏ ਹੁਣ ਫਿਰ ਔੜ ਲੱਗ ਗਈ ਕਿਰਪਾ ਕਰੋ ਕਹਿੰਦੇ ਇਉਂ ਕਰ ਸਤਿਗੁਰੂ ਕਲਗੀਧਰ ਕਹਿੰਦੇ ਨਾ ਕਹਿੰਦੇ ਧਰਤੀ 'ਤੇ ਜੁੱਤੀਆਂ ਮਾਰ ਇੰਦਰ ਦਾ ਨਾਂ ਲੈ ਗਏ ਉਹਨੂੰ ਕਹਿ ਵੀ ਪਾਉਣਾ ਕਿ ਨਹੀਂ ਪਾਉਣਾ ਇੰਦਰ ਨਿਕਲਿਆ ਨਾ ਨਿਕਲਿਆ ਡੱਲਾ ਸਰਦਾਰ ਧਰਤੀ 'ਤੇ ਜੁੱਤੀਆਂ ਮਾਰਦਾ ਕਹਿੰਦਾ ਇੰਦਰ ਤੇਰੇ ਜੁੱਤੀਆਂ ਮਾਰੂੰਗਾ ਜੁੱਤੀਆਂ ਮਾਰਦਾ ਤੇਰੇ ਮੀਂਹ ਪਾ ਦੇ ਸੱਤ ਜੁੱਤੀਆਂ ਮਾਰੇ ਜਦੇ ਮੀਂਹ ਪੈ ਗਿਆ ਜਦ ਐਸੀਆਂ ਗੱਲਾਂ ਹੋ ਸਕਦੀਆਂ ਨੇ ਗੁਰੂ ਕਲਗੀਧਰ ਬਾਦਸ਼ਾਹ ਗੱਲ ਕੀ ਸੀ ਸ੍ਰਿਸ਼ਟੀ ਦਾ ਸੁਭਾਅ ਬਦਲ ਸਕਦੇ ਸੀ ਪਰ ਸਤਿਗੁਰੂ ਪਾਤਸ਼ਾਹ ਜੀ ਨੇ ਨਹੀਂ
ਇੱਕ ਨਾਟਕ ਜਿਹੜਾ ਕਰਨਾ ਸੀ ਉਹ ਪੂਰਾ ਕਰਨਾ ਸੀ ਤੇ ਉਸ ਵੇਲੇ ਸਤਿਗੁਰਾਂ ਨੇ ਭਾਈ ਦਇਆ ਸਿੰਘ ਨੂੰ ਆਵਾਜ਼ ਦਿੱਤੀ ਦਇਆ ਸਿਆ ਇਸ ਵੇਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀ ਹੁੰਦਾ ਸੱਚੇ ਪਾਤਸ਼ਾਹ ਇਸ ਵੇਲੇ ਅੰਮ੍ਰਿਤ ਵੇਲੇ ਆਸੇ ਦੀ ਵਾਰ ਦੇ ਕੀਰਤਨ ਹੁੰਦੇ ਫਿਰ ਅੱਜ ਮਹਾਰਾਜ ਪਿੱਛੋਂ ਲੱਖਾਂ ਫੌਜਾਂ ਚੜੀਆਂ ਆ ਰਹੀਆਂ ਇਹ ਤਾਂ ਬੈਰੀ ਤੋਂ ਬਚ ਕੇ ਲੰਘਣ ਦਾ ਸਮਾਂ ਕਹਿੰਦੇ ਨਾ ਫੌਜਾਂ ਦਾ ਰਾਹ ਰੋਕਿਆ ਜਾਵੇ ਅਤੇ ਸਾਨੂੰ ਆਸੇ ਦੀ ਵਾਰ ਦਾ ਕੀਰਤਨ ਸੁਣਾਇਆ ਜਾਵੇ ਇੱਕ ਪਾਸੇ ਫੌਜਾਂ ਦਾ ਰਾਹ ਰੋਕਿਆ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਆਏ ਸ਼ਹੀਦ ਬਾਬਾ ਉਦੇ ਸਿੰਘ ਜੀ ਗਏ ਹੋਰ ਸਿੰਘ ਨਾਲ ਗਏ ਫੌਜਾਂ ਦਾ ਰਾਹ ਰੋਕਿਆ ਗਿਆ ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣਾ ਬੈਠੇ ਆਸੇ ਦੀ ਵਾਰ ਦਾ ਕੀਰਤਨ ਸੁਣਦੇ ਨੇ ਚੜ੍ਹਦੀ ਕਲਾ ਹੈ ਅਤੇ ਫੌਜਾਂ ਨੇੜੇ ਆਈਆਂ ਸਤਿਗੁਰ ਪਾਤਸ਼ਾਹ ਅੱਲਾ ਅੱਲਾ ਕਰਦੇ ਆ ਰਹੇ ਸਤਿਗੁਰਾਂ ਨੇ ਇੱਕ ਪਾਸੇ ਨੂੰ ਘੋੜੇ ਨੂੰ ਭਜਾਉਣਾ ਕੀਤਾ ਕਵੀ ਲਿਖਦਾ ਹੈ ਘੋੜੇ ਕੋ ਏੜ ਦੇ ਕਰ ਗੁਰੂ ਰਨ ਮੈਂ ਡਟ ਗਏ ਫਰਮਾਏ ਬੁਝ ਦਿਲਾਂ ਸੇ ਤੁਮ ਕਿਉਂ ਪਲਟ ਗਏ ਕਹਿੰਦੇ ਓਰੇ ਆਓ ਏ ਅਬ ਆਓ ਰਣ ਮੈਂ ਜੰਗ ਕੇ ਅਰਮਾਨ ਨਿਕਾਲ ਲਓ ਤੁਮ ਕਰ ਚੁੱਕੇ ਹੈ ਵਾਰ ਹਮਰਾ ਸੰਭਾਲ ਲਓ ਜੋ ਬਚ ਗਏ ਬੋ ਭਾਗ ਗਏ ਮੂੰਹ ਕੋ ਮੋੜ ਕਾ ਰਾਤਾ ਘਰੋਂ ਕਾ ਲੈ ਲਿਆ ਪਧਾਨ ਕੋ ਛੋੜ ਕਰ ਜਦ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਰੇ ਜਕਾਰੇ ਛੱਡੇ ਅਤੇ ਪਿੱਛਾ ਕੀਤਾ ਸਾਰੇ ਭੱਜੇ ਜਾਣ ਕਿਹੜਾ ਖੜਦਾ ਇਹ ਤਾਂ ਗੁਰੂ ਦੀ ਗੱਲ ਹੈ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦਾ ਇਹੋ ਜਿਹਾ ਜਰਨੈਲ ਸੀ ਨਾ ਉਹਦੀਆਂ ਧਾਕਾਂ ਸੀ ਪਠਾਣਾਂ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਜੇ ਕਿਸੇ ਬੱਚੇ ਨੇ ਨਾ ਸੌਣਾ ਨਾ ਪਠਾਣੀਆਂ ਨੇ ਕਹਿਣਾ ਸੌਂ ਜਾ ਪੁੱਤ ਨਲੂਆ ਆ ਗਿਆ ਨਲੂਆ ਐਡੀ ਧਾਕ ਸੀ ਅਤੇ ਇਹ ਤਾਂ ਗੁਰੂ ਦੀ ਗੱਲ ਹੈ ਅਤੇ ਉਸ ਵੇਲੇ ਸਾਰੇ ਹੀ ਭੱਜੇ ਜਾਂਦੇ ਨੇ ਕਿਹੜਾ ਗੁਰੂ ਅੱਗੇ ਖੜੇ ਕਿਹੜਾ ਉਹ ਕਿਹੜਾ ਚੱਲੇ ਕਿਹੜਾ ਚੱਲੇ
ਤੇ ਸਰਸਾ ਦਾ ਪਾਣੀ ਬੜੇ ਜ਼ੋਰ ਨਾਲ ਵਗ ਰਿਹਾ ਹੈ ਜਿਸ ਦਾ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਹੋ ਰਿਹਾ ਹੈ ਉਸ ਵੇਲੇ ਸਾਰਾ ਪਰਿਵਾਰ ਗੁਰੂ ਕਲੰਗੀਧਰ ਦਾ ਵਿਛੜ ਰਿਹਾ ਹੈ ਮਤਾਮਾ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਦੇ ਰਾਹ ਪੈ ਗਈ ਛੋਟੇ ਸਾਹਿਬਜ਼ਾਦੇ ਮਾਂ ਗੁਜਰੀ ਦੇ ਨਾਲ ਅਤੇ ਗੁਰੂ ਘਰ ਦੇ ਰਸੋਈਏ ਗੰਗੂ ਦੇ ਨਾਲ ਸੇੜੀ ਦੇ ਰਾਹ ਪੈ ਜਾਂਦੇ ਨੇ ਅਤੇ ਸਤਿਗੁਰੂ ਗੁਰੂ ਕਲੰਗੀਧਰ ਪਾਤਸ਼ਾਹ ਜੀ ਚਾਲੀ ਕੁ ਸਿੰਘਾਂ ਦੀ ਗਿਣਤੀ ਦੱਸੀ ਗਈ ਹੈ ਉਹਨਾਂ ਨੂੰ ਲੈ ਕੇ ਪਰਿਵਾਰ ਦਾ ਵਿਛੋੜਾ ਪਾਉਂਦੇ ਹੋਏ ਭੱਠਾ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ ਉੱਥੇ ਨਿਹੰਗ ਖਾਂ ਦੇ ਕਿਲ੍ਹੇ ਵਿੱਚ ਸ਼ਰਨ ਲੈਣ ਦਾ ਵਿਚਾਰ ਸੀ ਪਰ ਪਿੱਛੋਂ ਫੌਜਾਂ ਆ ਰਹੇ ਸੀ ਆਈਡੀ ਕੀਤੀ ਜਾਂਦੀ ਇੱਧਰ ਨੂੰ ਗਿਆ ਗੁਰੂ ਇੱਧਰ ਨੂੰ ਗਿਆ ਅਤੇ ਸਤਿਗੁਰੂ ਪਾਤਸ਼ਾਹ ਜੀ ਉੱਥੇ ਭੱਠਿਆਂ ਨੂੰ ਠੰਡੇ ਕਰਦੇ ਹੋਏ ਇੱਧਰ ਚਮਕੌਰ ਸਾਹਿਬ ਦੀ ਧਰਤੀ ਵੱਲ ਵੱਧ ਰਹੇ ਨੇ ਨਿਹੰਗ ਖਾਂ ਕਿਲ੍ਹੇ ਦੇ ਵਿੱਚ ਗੁਰੂ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਨੂੰ ਛੱਡਣਾ ਕੀਤਾ ਜਿਹੜਾ ਜ਼ਖਮੀ ਹੋਇਆ ਕਹਿੰਦੇ ਲੈ ਵੀ ਸਾਡਾ ਇਹ ਸਿੰਘ ਹੈ ਜੇ ਤਾਂ ਰਾਜੇ ਹੋ ਗਿਆ ਸਾਡੇ ਤੱਕ ਪੁੱਜਦਾ ਕਰਦੀ ਜੇ ਸ਼ਹੀਦੀ ਪਾ ਗਿਆ ਇਹਦਾ ਸਤਿਕਾਰ ਕਰਦੇ ਅਤੇ ਉਹਨੂੰ ਕਿਲ੍ਹੇ ਵਿੱਚ ਛੱਡ ਕੇ ਸਤਿਗੁਰੂ ਅੱਗੇ ਨਿਕਲਦੇ ਨੇ ਅਤੇ ਪਿੱਛੋਂ ਫੌਜਾਂ ਆ ਗਈਆਂ ਪਤਾ ਲੱਗਿਆ ਵੀ ਕੋਟਲਾ ਨਿਹੰਗ ਖਾਂ ਦੇ ਕਿਲ੍ਹੇ ਵਿੱਚ ਆ ਗੁਰੂ ਕਲੰਗੀਧਰ ਸਿੰਘਾਂ ਸਮੇਤ ਕਿਲ੍ਹੇ ਦੀ ਤਲਾਸ਼ੀ ਸ਼ੁਰੂ ਹੁੰਦੀ ਹੈ ਉਸ ਵੇਲੇ ਕਹਿੰਦਾ ਲਓ ਜੀ ਤਲਾਸ਼ੀ ਕਹਿੰਦੇ ਇੱਥੇ ਗੁਰੂ ਗੋਬਿੰਦ ਸਿੰਘ ਆਇਆ ਕਹਿੰਦਾ ਕੌਣ ਕਹਿੰਦਾ ਇੱਥੇ ਕੋਈ ਗੁਰੂ ਗੋਬਿੰਦ ਸਿੰਘ ਨਹੀਂ ਆਏਗਾ ਕਹਿੰਦੇ ਫਿਰ ਤਲਾਸ਼ੀ ਦੇ ਕਹਿੰਦਾ ਜੀ ਲੈ ਲਓ ਤਲਾਸ਼ੀ ਦਵਾ ਰਿਹਾ ਅਤੇ ਇੱਕ ਕਮਰੇ ਦੇ ਵਿੱਚ ਜਿਹਦੇ ਵਿੱਚ ਉਹ ਗੁਰਮੁਖ ਪਿਆਰਾ ਭਾਈ ਬਚਿੱਤਰ ਸਿੰਘ ਹੈ ਉਹਦੇ ਅੱਗੇ ਵਰਸ਼ਾ ਲੈ ਕੇ ਖੜ੍ਹ ਗਿਆ ਕਹਿੰਦਾ ਇੱਥੇ ਮੇਰੀ ਇੱਜ਼ਤ ਦਾ ਸਵਾਲ ਹੈ ਮੇਰੀ ਲੜਕੀ ਅਤੇ ਮੇਰਾ ਜਵਾਈ ਹੈ ਦਮਾਦ ਹੈ ਮੇਰਾ ਇਹਦੀ ਤਲਾਸ਼ੀ ਨਹੀਂ ਦੇਵਾਂਗਾ ਕਹਿੰਦੇ ਸਾਨੂੰ ਕਿਵੇਂ ਪਤਾ ਲੱਗੇ ਉਹਨੂੰ ਪਹਿਲਾਂ ਸਿਖਾਇਆ ਗਿਆ ਲੜਕੀ ਮੁਮਤਾਜ ਨੂੰ ਕਹਿੰਦੇ ਮੇਰੀ ਲੜਕੀ ਹੈ ਆਪਣੇ ਪਤੀ ਦੀ ਸੇਵਾ ਕਰਦੀ ਹੈ ਬਿਮਾਰ ਹੈ ਅਤੇ ਪੁੱਛਿਆ ਉਹਨੇ ਅੰਦਰੋਂ ਬੇਟਾ ਮੁਮਤਾਜ ਕਿਵੇਂ ਹੈ ਪਤੀ ਦੇਵ ਉਹ ਕਹਿੰਦੇ ਪਿਤਾ ਜੀ ਬਲ ਹੋ ਰਿਹਾ ਹੈ ਆਵਾਜ਼ 'ਤੇ ਭਰੋਸਾ ਕਰਕੇ ਅੱਗੇ ਨਿਕਲ ਜਾਂਦੇ ਆ ਛੱਡ ਗਏ ਅਤੇ ਉਸ ਬੱਚੀ ਨੂੰ ਜਦ ਇੰਨਾ ਪਤਾ ਲੱਗਿਆ ਮੇਰੇ ਪਿਤਾ ਨੇ ਕਿਹਾ ਵੀ ਮੇਰਾ ਦਮਾਦ ਹੈ ਸਾਰੀ ਜ਼ਿੰਦਗੀ ਉਹਨੇ ਸ਼ਾਦੀ ਨਹੀਂ ਕਰਾਈ ਕਿੱਡਾ ਪਿਆਰ ਹੈ ਹਾਲਾਂਕਿ ਮੁਸਲਮਾਨ ਧਰਮ ਨੂੰ ਮੰਨਣ ਵਾਲੀ ਸੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਂਝਾ ਪਿਆਰ ਦਿੱਤਾ ਹੈ ਜੇ ਮੈਂ ਇਸ ਪੱਖ ਤੋਂ ਗੱਲ ਕਰਾਂ ਗੁਰੂ ਨਾਨਕ ਪਾਤਸ਼ਾਹ ਦੇ ਪਿਆਰ ਦੇ ਵਿੱਚ ਬਹਿਲੋਲ ਪੀਰ ਆਇਆ ਮੁਸਲਮਾਨ ਸੀ ਤਿੰਨ ਮਹੀਨੇ ਗੁਰੂ ਨਾਨਕ ਜੀ ਉਹਦੇ ਕੋਲ ਰਹੇ ਬੱਚਿਆਂ ਵਾਂਗੂ ਜਾਂ ਜਾਣ ਦੀ ਗੱਲ ਕਰਨ ਭੁੱਬਾ ਮਾਰ ਮਾਰ ਰੋਵੇ ਸਤਿਗੁਰੂ ਦੇ ਆਉਣ ਤੋਂ ਬਾਅਦ 36 ਸਾਲ ਇਹ ਕੰਧ ਵੱਲ ਮੁੱਕ ਕਰਕੇ ਬੈਠਾ ਰਿਹਾ ਕਹਿੰਦਾ ਮੈਨੂੰ ਇੱਕ ਮਰਦ ਮਿਲ ਗਿਆ ਹੁਣ ਹੋਰ ਕਿਸੇ ਦਰਸ਼ਨ ਦੀ ਲੋੜ ਨਹੀਂ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ ਸੰਗਤ ਅਤੇ ਪੰਗਤ ਦੀ ਪਰਥਾ ਚਲਾਈ ਬਾਦਸ਼ਾਹ ਆਕਰ ਵਰਗਿਆਂ ਨੂੰ ਪੰਗਤ 'ਚ ਬਹਿ ਕੇ ਲੰਗਰ ਛਕਣਾ ਪਿਆ ਪਰਵਾਹ ਨਹੀਂ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਨੇ ਵੀ ਉਸ ਪਰੰਪਰਾ ਨੂੰ ਪ੍ਰਵੱਖ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਰਿਆਂ ਤੋਂ ਵੱਡੇ ਹਰਿਮੰਦਰ ਦੀ ਜਦ ਨਿਓ ਰੱਖਣੀ ਹੈ ਸਾਇਮੀ ਅਮੀਰ ਤੋਂ ਰਖਾਈ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮਸਜਿਦਾਂ ਬਣਾ ਕੇ ਦਿੱਤੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹੀਦੀ ਜਨੇਊ ਦੇ ਵਾਲਿਆਂ ਦੀ ਰਾਖੀ ਕਰਨ ਲਈ ਦਿੱਤੀ ਹੈ ਸੋ ਐਸਾ ਮੇਰਾ ਸਤਿਗੁਰੂ ਪਾਤ ਜੀ ਦਾ ਕਿਸੇ ਨਾਲ ਬੈਰ ਨਹੀਂ ਪਰ ਬੈਰੀ ਦਿਨ ਰਾਤ ਬੈਰ ਘੁਮਾ ਰਹੇ ਨੇ ਪਿੱਛਾ ਕਰ ਰਹੇ ਨੇ ਪਰ ਸਤਿਗੁਰੂ ਮੇਰਾ ਡੋਲ ਨਹੀਂ ਰਿਹਾ ਅਤੇ ਗੁਰੂ ਪਾਤਸ਼ਾਹ ਜੀ ਉਸ ਵੇਲੇ ਭੱਠਾ ਸਾਹਿਬ ਤੋਂ ਹੁੰਦੇ ਹੋਏ ਬੂਰ ਮਾਜਰਾ ਅਤੇ ਆਪਣਾ ਟਿੱਬੀ ਸਾਹਿਬ ਸਥਾਨ ਇੱਥੋਂ ਦੇ ਹੁੰਦੇ ਹੋਏ ਮੇਰੇ ਸਤਿਗੁਰੂ ਪਾਤਸ਼ਾਹ ਚਮਕੌਰ ਸਾਹਿਬ ਦੀ ਧਰਤੀ ਵੱਲ ਨੂੰ ਵੱਧ ਰਹੇ ਨੇ ਭਾਈ ਦਇਆ ਸਿੰਘ ਨੂੰ ਭੇਜਿਆ ਗਿਆ ਦਇਆ ਸਿੰਘ ਪਤਾ ਕਰਕੇ ਆਓ ਕੋਈ ਹੈ ਟਿਕਾਣਾ ਭਾਈ ਦਇਆ ਸਿੰਘ ਜੀ ਪਤਾ ਕਰਕੇ ਆਏ ਸੱਚੇ ਪਾਤਸ਼ਾਹ ਦੋ ਭਰਾਵਾਂ ਦੀ ਗੜੀ ਹੈ ਬੜੀ ਉੱਚੀ ਹੈ ਉੱਥੇ ਆਪਾਂ ਬੈਰੀ ਦੀਆਂ ਫੌਜਾਂ ਦਾ ਮੁਕਾਬਲਾ ਕਰ ਸਕਦੇ ਹਾਂ ਸਾਰਾ ਕੁਛ ਮਹਾਰਾਜ ਮੈਂ ਦੇਖ ਆਇਆ ਉਸ ਵੇਲੇ ਇੱਕ ਭਰਾ ਦਾ ਹਿਚਕਚਾਟ ਜੀ ਕਰਦਾ ਪਰ ਜਿਹੜਾ ਬੋਧੀ ਚਾਹੁੰਦਾ ਜਦ ਉਹਨੂੰ ਪਤਾ ਲੱਗਿਆ ਵੀ ਗੁਰੂ ਮਹਾਰਾਜ ਨੇ ਆਉਣਾ ਨਾ ਗੁਰੂ ਮਹਾਰਾਜ ਵੱਲ ਦੌੜਿਆ ਹੀ ਆਵੇ
بودي چاند خبر سنی زمیندار نے مد وسے چمکار سنت بچن تتکالی بو آیو اٹھ دور دوڑی آئے ہاتھ جور ایسے کا بینتی سنو کرتار کہندے ہو ربا کلنگیا بڑیا میری بینتی سنو بسو مد چمکار کے اپنی کرپا تار چلو تسی ایس تارتی تے بسنا کرو چلو تھاڑی گڑی حاضر ہے ساتھ گرو پادشاہ جی اس ویلے گڑی دے وچ سنگھاں سمیت پرویش کر جاندے نے دس لاکھ دی فوج نے گرو پادشاہ جی نوں اج گڑی دے وچ گھیرنا کیتا ہے گھیرا بندی ودھی جاندی ہے ساتھ گرو پادشاہ جی اس ویلے ساری بیونت بندی بنا رہے نے جد ساتھ گرو پادشاہ جی نے اتھے دیکھیا تے سارا دسیا کہندے دیا سیاں مینو آواز آ رہی ہے دھرتی کہہ رہی ہے کہ کلگیا والیا آ دھرتی ہے چمکور دی جتھے کل نوں تے اپنے پتراں نوں مارنا ہے تے اس گڑی دے وچوں پتراں نوں مار کے تو خالی ہتھ نکلے گا ستگرو پاتشاہ جی اس ویلے کہندے دیا سیاں کہندے ماٹی بولتی ہے ٹھکانا جی وہی ہے کل کو تر جا خالی ہاتھ کل کو خالی ہاتھ تر جاؤں گا جہاں سے لال بار کے مینو آوازاں آ رہی نے کہ وہ دھرتی آ گئی وہ ٹھکانا آ گیا جتھے کل گیا بالیا تے دھرم دے اتوں اپنے پتراں دیاں قربانیاں کر رہی نے او مٹی بول دی ٹکانا ہوئی او لگ دا جتے میں کالو لار وار نے مٹی بول دی ٹکانا ہوئی او لگ دا جتے میں کالو لار وار نے بڑے بڑے جرنیل نے کہندے لائے کہندے ہن تاں گرو پڑھیا کے پڑھیا بڑے خوش ہوندے نے پر پتہ ہی نہیں بھی ستگرو تاک دی کی ہے نہار گاں بدن لگیا گڑی والا ستگرو نے تیر مار کے ماریا لگے
ਉਸ ਤੋਂ ਬਾਅਦ ਗਣੀ ਖਾਨ ਆਇਆ ਆਪਣੇ ਆਪ ਨੂੰ ਜਰਨੈਲ ਮੰਨਦਾ ਦਾ ਲੱਗਿਆ ਨਾ ਗੜੀ ਤੇ ਚੜਨ ਸਤਿਗੁਰਾਂ ਨੇ ਸਿਰ ਦੇ ਵਿੱਚ ਗੁਰਜ ਮਾਰੀ ਉਹ ਮਾਰਿਆ ਹਟਾ ਕੇ ਮਹਿਮੂਦ ਅਲੀ ਆਇਆ ਸਤਿਗੁਰੂ ਤੀਰ ਮਾਰਨ ਲੱਗੇ ਕੰਧ ਦੇ ਓਹਲੇ ਛਿਪ ਛਿਪ ਕੇ ਭੱਜ ਗਿਆ ਤੇ ਜੰਗ ਸ਼ੁਰੂ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਸਤਿਗੁਰਾਂ ਨੇ ਖਵਾਜਾ ਮਹਿਮੂਦ ਅਲੀ ਦੇ ਇੱਕ ਤੀਰ ਮਾਰਿਆ ਪੇਟੀ 'ਚ ਜਾਗ ਲੱਗਿਆ ਉਹਦੇ 'ਚ ਲਿਖਿਆ ਹੋਇਆ ਕਹਿੰਦੇ ਕਸਮ ਖਾ ਕੇ ਫਿਰ ਜਾਣਾ ਦੀਨ ਦੁਨੀਆ ਤੋਂ ਫਿਰ ਜਾਣਾ ਹੈ ਦੂਜਾ ਤੀਰ ਵਜ਼ੀਰ ਖਾਂ ਦੇ ਘੋੜੇ ਦੇ ਵੱਜਿਆ ਉਹਦੇ 'ਚ ਲਿਖਿਆ ਕਸਮ ਖਾ ਕੇ ਫਿਰਨ ਵਾਲਾ ਬੇਈਮਾਨ ਹੁੰਦਾ ਹੈ ਉਹ ਦੋਜ਼ਖ ਦੀ ਅੱਗ ਵਿੱਚ ਛੱਡਦਾ ਹੈ ਜੋ ਯਕੀਨ ਰੱਖਦਾ ਹੈ ਉੱਚਾ ਹੁੰਦਾ ਹੈ ਜ਼ਬਰਦਸਤ ਖਾਂ ਦੀ ਪੱਗ 'ਚ ਵੱਜਿਆ ਕਹਿੰਦੇ ਕੁਰਾਨ ਦੀ ਕਸਮ ਤੋੜਨ ਵਾਲੇ ਤੂੰ ਦੋਜ਼ਖ ਦੀ ਅੱਗ ਵਿੱਚ ਛੜੇਗਾ ਛੇਤੀ ਹੀ ਸਮਾਂ ਆ ਰਿਹਾ ਹੈ ਮੇਰਾ ਖਾਲਸਾ ਸਾਰੇ ਸੂਬੇ ਵਿੱਚ ਹਲਚਲ ਮਚਾਏਗਾ ਅਜਮੇਰ ਚੰਦ ਦੀ ਲੱਥ 'ਤੇ ਲੱਗਿਆ ਕਹਿੰਦੇ ਤੈਨੂੰ ਆਰਾਮ ਕਦੇ ਨਹੀਂ ਮਿਲੇਗਾ ਮੇਰਾ ਰਾਖਾ ਅਕਾਲ ਪੁਰਖ ਹੈ ਸਿੱਖ ਨੂੰ ਚਾਰ ਓਟਾਂ ਹੁੰਦੀਆਂ ਨੇ ਅਕਾਲ ਪੁਰਖ ਦੀ ਓਟ ਸਤਿਗੁਰੂ ਦੀ ਓਟ ਸਾਧ ਸੰਗਤ ਦੀ ਓਟ ਆਪਣੀ ਓਟ ਤੈਨੂੰ ਆਪਣੀਆਂ ਫੌਜਾਂ 'ਤੇ ਮਾਣ ਹੈ ਮੈਨੂੰ ਮੇਰੇ ਅਕਾਲ ਪੁਰਖ 'ਤੇ ਮਾਣ ਹੈ ਮੇਰੇ ਅਕਾਲ ਪੁਰਖ ਨੇ ਮੇਰੀ ਡਿਊਟੀ ਲਾਈ ਹੈ ਧਰਮ ਚਲਾਉਣ ਦੇ ਲਈ ਉਹ ਸਮਾਂ ਜਿਹੜੀ ਦੀ ਅੱਜ ਆ ਗਿਆ ਜਦ ਗੁਰੂ ਪਾਤਸ਼ਾਹ ਜੀ ਨੇ ਉਹ ਬਚਨ ਸੱਤ ਕਰਕੇ ਦਿਖਾਉਣਾ ਹੈ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਚਿੜੀਆਂ ਤੋਂ ਮੈਂ ਬਾਜ ਤੜਾਊਂ ਸਵਾ ਲੱਖ ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ ਇੱਕ ਪਾਸੇ 10 ਲੱਖ ਬੋਜ ਹੈ ਇੱਕ ਪਾਸੇ ਮੁੱਠੀ ਪਰ 40 ਸਿੰਘ ਉਹ ਵੀ ਭੁੱਖਣ ਭਾਣੇ ਨੇ ਵਿਚਾਰੇ ਕਈ ਦਿਨਾਂ ਦਾ ਰੋਟੀ ਪਾਣੀ ਨਸੀਬੇ ਨਹੀਂ ਹੋਇਆ ਪਾਣੀ ਦੀਆਂ ਠੱਲਾਂ ਨੂੰ ਠੱਲਦੇ ਆਏ ਢੇਰਿਆਂ ਨੂੰ ਚੀਰਦੇ ਆਏ ਪੋਹ ਮਾਗਦੇ ਠੰਡੀਆਂ ਰਾਤਾਂ ਨੂੰ ਚੀਰਦੇ ਆਏ ਅਤੇ ਕੀ ਮੁਕਾਬਲਾ ਹੈ ਸਤਿਗੁਰੂ ਨੇ ਲਿਖਿਆ ਸੀ ਰੰਗ ਜਮ ਜਾ ਜਫਰਨਾਮਾ ਲਿਖਿਆ ਕਹਿੰਦੇ ਇੱਕ ਪਾਸੇ ਮੇਰੇ ਭੁੱਖਣ ਭਾਣੇ 40 ਸਿੱਖ ਕਹਿੰਦੇ ਇੱਕ ਪਾਸੇ ਤੇਰੀ 10 ਲੱਖ ਫੌਜ ਕੋਈ ਮੁਕਾਬਲਾ ਤੇਰੇ 10 ਲੱਖ ਫੌਜ ਮੇਰੇ ਭੁੱਖਣ ਭਾਣੇ ਸਿੱਖਾਂ 'ਤੇ ਆਪ ਇਹ ਕਾਹਦਾ ਮੁਕਾਬਲਾ ਪਰ ਫਿਰ ਵੀ ਗੁਰੂ ਕਲਗੀਧਰ ਦੇ ਸਿੱਖਾਂ ਨੇ ਉਸ ਮਾਤਰੀ ਨੇੜੇ ਪਹੁੰਚੀ ਹੈ ਪਰ ਸਿੰਘ ਡੋਲਦੇ ਨਹੀਂ ਜਦ ਗੁਰੂ ਨੇ ਡੋਲਦਾ ਸਿੱਖ ਤੋਂ ਡੋਲੇ ਬਈ ਅਤੇ ਇਸ ਤਰ੍ਹਾਂ ਸਤਿਗੁਰ ਪਾਤਸ਼ਾਹ ਦੇ ਪਿਆਰ ਦੇ ਵਿੱਚ ਗੁਰੂ ਪਾਤਸ਼ਾਹ ਨੇ ਅੱਜ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਕੱਲ੍ਹ ਨੂੰ ਆਪਾਂ ਵਿਚਾਰ ਕਰਾਂਗੇ ਤੋਂ ਅੱਗੇ ਐਸਾ ਕਰਕੇ ਦਿਖਾਉਣਾ ਹੈ ਚਿੜੀਆਂ ਤੋਂ ਬਾਜ ਤੜਾਵਾਂਗਾ ਚਿੜੀਆਂ ਤੋਂ ਬਾਜ ਤੜਾਵਾਂਗਾ ਨਿਹੰਗ ਸਿੰਘ ਨਾ
ਇੱਕ ਸਿੰਘ ਨੂੰ ਸਵਾ ਲੱਖੀ ਕਹਿੰਦੇ ਨੇ ਹਨਾ ਤੂੰ ਸੁਣੇ ਹੋਣੇ ਬੋਲੇ ਇੱਕ ਹੋਊਗਾ ਸਵਾ ਲੱਖੀ ਨਾਦਰ ਸ਼ਾਹ ਕਹਿੰਦਾ ਵੀ ਇਹ ਸਿੱਖਾਂ ਦਾ ਮੈਂ ਖੁਰਾ ਖੋਜ ਮਟਾਉਣਾ ਕਹਿੰਦਾ ਇਹ ਰਹਿੰਦੇ ਕਿੱਥੇ ਨੇ ਕੀ ਖਾਂਦੇ ਨੇ ਇਹਨਾਂ ਦੇ ਘਰ ਘਾਟੇ ਖਤਮ ਕਰ ਦਿਓ ਨਾਦਰ ਸ਼ਾਹ ਨੂੰ ਉਹਦੇ ਸੀ ਆਈ ਡੀ ਰਿਪੋਰਟਰ ਰਿਮਾਰਕਸ ਦਿੱਤੇ ਕਹਿੰਦੇ ਇਹਨਾਂ ਦੇ ਘਰ ਨੇ ਘੋੜਿਆਂ ਦੀਆਂ ਕਾਠੀਆਂ ਉੱਤੇ ਕਹਿੰਦਾ ਖਾਂਦੇ ਕੀ ਨੇ ਕਹਿੰਦੇ ਛੋਲਿਆਂ ਦੀ ਮੁੱਠ ਚੱਪ ਕੇ ਕਹਿੰਦੇ ਬਦਾਮ ਖਾਂਦੇ ਨੇ ਇੱਕ ਬੰਦੇ ਨੂੰ ਇਕੱਲੇ ਨੂੰ ਕਹਿੰਦਾ ਸਵਾ ਲੱਖੀ ਕਹਿੰਦੇ ਨੇ ਕਹਿੰਦੇ ਇੱਕ ਆਪਣੇ ਗੁਰੂ ਦੀ ਕਲਾਮ ਪੜ੍ਹਦੇ ਹੀ ਰਹਿੰਦੇ ਨੇ ਮੁੱਖ ਤੋਂ ਵਾਹਿਗੁਰੂ 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 ਧੰਨ ਗੁਰੂ ਕਰਦੇ ਰਹਿੰਦੇ ਨੇ ਕਹਿੰਦਾ ਅੱਛਾ ਤੇ ਫਿਰ ਉਹਨੇ ਰਿਮਾਰਕਸ ਦਿੱਤੇ ਉਹਨੂੰ ਦੱਸੇ ਸੀ ਆਈ ਡੀ ਰਿਪੋਰਟਰਾਂ ਨੇ ਕਹਿੰਦੇ ਇਹ ਤੇਰੇ ਮਕਾਇਆ ਮਤ ਖਤਮ ਨਹੀਂ ਹੋਣੇ ਕੌਮ ਇਹ ਅਕਾਲ ਪੁਰਖ ਦੇ ਹੁਕਮ 'ਚ ਹੋਈ ਹੈ ਮੰਨੋ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਜਿਉਂ ਜਾਂ ਮੰਨੂ ਸਾਨੂੰ ਵੱਢਦਾ ਅਸੀਂ ਦੂਣੇ ਚਾਹੁੰਦੇ ਹੋ ਕਹਿੰਦੇ ਇਹਨਾਂ ਨੂੰ ਨਹੀਂ ਤੂੰ ਮੁਕਾ ਸਕਦਾ ਉਹਨੇ ਰਿਮਾਰਕਸ ਦਿੱਤੇ ਨਾਦਰ ਸ਼ਾਹ ਨੇ ਕਹਿੰਦੇ ਘੋੜੇ ਦੀਆਂ ਕਾਠੀਆਂ ਉੱਤੇ ਰਹਿਣ ਵਾਲੇ ਜਿਨ੍ਹਾਂ ਦੇ ਘਰ ਘੋੜੇ ਦੀਆਂ ਕਾਠੀਆਂ ਉੱਤੇ ਨੇ ਅਤੇ ਮੁੱਠ ਛੋਲਿਆਂ ਚੱਬ ਕੇ ਬਦਾਮ ਕਹਿੰਦੇ ਨੇ ਅਤੇ ਇਕੱਲੇ ਨੂੰ ਸਵਾ ਲੱਖੀ ਮੰਨਦੇ ਨੇ ਅਤੇ ਕਹਿੰਦੇ ਗੁਰੂ ਦੀ ਕਲਾਮ ਨੂੰ ਹਰ ਵੇਲੇ ਪੜ੍ਹਦੇ ਰਹਿੰਦੇ ਨੇ ਕਹਿੰਦੇ ਇੱਕ ਦਿਨ ਸਮਾਂ ਆਵੇਗਾ ਇਹ ਦੁਨੀਆਂ 'ਤੇ ਰਾਜ ਇਹਨਾਂ ਦੇ ਦੁਨੀਆਂ 'ਤੇ ਰਾਜ ਕਾਇਮ ਹੋਣਗੇ ਰਾਜੇ ਬਣਨਗੇ ਸਤਿਗੁਰ ਨੇ ਕਹਿ ਦਿੱਤਾ ਇਹਨਾਂ ਗਰੀਬ ਸਿੱਖਣ ਕੋਲ ਦੋ ਪਾਤਸ਼ਾਹ ਏ ਅਤੇ ਆਜ਼ਾਦ ਰੱਖੇ ਅਮਰੀ ਗੁਰਿਆਈ ਸੋ ਹੁਣ ਮੈਂ ਸਮਾਂ ਸਮਾਪਤ ਹੋ ਗਿਆ ਅਤੇ ਕੱਲ੍ਹ ਦਾ ਦਿਨ ਬਾਕੀ ਰਹਿ ਗਿਆ ਲਾਹਾ ਲੈ ਲਿਓ ਭਾਈ ਜੀ ਨੇ ਲੈਣਾ ਹੈ ਕਿਉਂਕਿ 5 ਸਾਲ ਹੋ ਗਏ ਨੇ ਸੰਗਤਾਂ ਹੌਲੀ ਹੌਲੀ ਜਾਗਦੀਆਂ ਨੇ ਇਲਾਕਾ ਤਾਂ ਹੌਲੀ ਹੌਲੀ ਜਾਗ ਰਿਹਾ ਪਰ ਸਾਡੀਆਂ ਸੰਗਤਾਂ ਉੱਧਰੋਂ ਬਹੁਤ ਆਈਆਂ ਨੇ ਬੱਸਾਂ ਮੈਨੂੰ ਕਹਿੰਦੇ ਬਾਬਾ ਜੀ ਸਾਹ ਨਹੀਂ ਆਇਆ ਭਰ ਭਰ ਕੇ ਆਈਆਂ ਬਾਬਾ ਜੀ ਹੋਰ ਬੱਸ ਭੇਜ ਦਿਓ ਹੋਰ ਭੇਜ ਦਿਓ ਮੈਂ ਕਿਹਾ ਚਲੋ ਕੋਈ ਨਾ ਤੁਹਾਨੂੰ ਦੇਖ ਕੇ ਇਹਨਾਂ ਨੂੰ ਵੀ ਲਗਨ ਲੱਗੇ ਜਾਊ ਵਿਚਾਰੇ ਹੌਲੀ ਹੌਲੀ ਦੇਖ ਕੇ ਰੀਸ ਆ ਜਾਂਦੀ ਹੁੰਦੀ ਆ ਕਿਤੇ ਤੁਹਾਡਾ ਵੀ ਕਰਮ ਜਾਗੂਗਾ ਗਿੱਗੇ ਮੱਝ ਟੈਲੀਫੋਨ ਆਇਆ ਭਾਈ ਅਵਤਾਰ ਸਿੰਘ ਦਾ ਕਹਿੰਦਾ ਬਾਬਾ ਜੀ ਬੱਸੇ ਬਹੁਤ ਭਰ ਗਈ ਬਾਸਵੇਂ ਤੋਂ ਆਇਆ ਕਹਿੰਦੇ ਬਾਬਾ ਜੀ ਬੱਸ ਭਰ ਗਈ ਕੀ ਕਰੀ ਕਿੱਧਰ ਨੂੰ ਜਾਈਏ ਮੈਂ ਕਿਹਾ ਵੀ ਟੱਕ ਟੋਕ ਕਰ ਲਿਆ ਹੋਰ ਕਿਵੇਂ ਕਰਨਾ ਹੁਣ ਆ ਜਾਓ ਭਾਈ ਜਿਵੇਂ ਆਉਣਾ ਖੜ ਕੇ ਆ ਜਾਓ ਅਤੇ ਬੜਾ ਤਪ ਸਾਡੇ ਬਨੋੜ ਅਤੇ ਰਾਜਪੁਰੇ ਸੰਗਤਾਂ ਨੇ ਕੀਤਾ ਹੈ ਭਾਈ ਭਰਪੂਰ ਸਿੰਘ ਹੋਰੀ ਉੱਧਰੋਂ ਸਾਰੀ 4-5 ਬੱਸਾਂ ਆਈਆਂ ਨੇ ਅਤੇ ਇਸ ਤਰ੍ਹਾਂ ਇਹ ਸਾਰੇ ਗੁਰੂ ਦਾ ਪਿਆਰ ਸਰਵਣ ਕਰਨ ਲਈ ਆਈਏ ਪਹਿਲਾਂ ਚੌਂਕਾਰ ਸਾਹਿਬ ਦਰਸ਼ਨ ਕਰਕੇ ਆਏ ਅਤੇ ਫਿਰ ਇੱਥੇ ਹੁਣ ਬਚਨ ਸੁਣ ਲੈਣੇ ਫਿਰ ਇਹਨਾਂ ਨੇ ਘਰ ਜਾਣਾ ਰਾਤ ਮੈਂ ਜਦੋਂ ਗਿਆ ਇੱਥੇ ਸਾਡੀ ਬੱਸ ਉੱਥੇ ਫਸ ਗਈ ਗਾ ਰਾਤੇ ਵਿੱਚ ਜਾਮ ਸੀ ਲੱਗਿਆ ਹੋਇਆ ਸਨਿੱਟੇ ਕੋਲ ਕਹਿੰਦੇ ਬਾਬਾ ਜੀ 8 ਵਜੇ ਘਰ ਪਹੁੰਚੇ ਸੀ ਰਾਤ ਮੈਂ ਕਿਹਾ ਮੈਂ ਵੀ ਬਾਈ ਸੁਗੜੇ ਰਿਹਾ ਜਾ ਕੇ ਫਿਰ ਰਾਤ ਸੁਗੜੇ ਰਹਿਣਾ ਪਿਆ ਮੈਨੂੰ ਵੀ ਰਾਤ ਰਸਤੇ ਨਾ ਮਿਲੇ ਕਿਧਰੇ ਨੂੰ ਅਤੇ 1.5-2 ਘੰਟਾ ਮੈਂ ਖੜ੍ਹਾ ਰਿਹਾ ਮੈਂ ਕਿਹਾ ਵੀ ਹੁਣ ਰਾਹ ਨਹੀਂ ਮਿਲਣਾ ਮਿੱਤਰਾਂ ਇੱਧਰ ਨੂੰ ਚੱਲੋ ਅਤੇ ਫਿਰ ਮੈਂ ਸਾਜਰੇ ਗਿਆ ਉੱਥੇ ਕੁਛ ਸਮਾਨ ਲੈ ਕੇ ਆਉਣਾ ਸੀ ਜਾ ਕੇ ਉਹ ਲੈ ਕੇ ਆਇਆ ਅਤੇ ਇਸ ਤਰ੍ਹਾਂ ਜਿਹਨਾਂ ਨੂੰ ਨਹੀਂ ਪਤਾ ਹਾਲੇ ਦੱਸ ਦਿਓ ਭਾਈ ਕੱਲ੍ਹ ਦਿਨ ਵੀ ਐਤਵਾਰ ਹੈ ਅਤੇ ਵੱਧ ਤੋਂ ਵੱਧ ਪ੍ਰੇਮੀ ਸੰਗਤਾਂ ਲਾਭ ਲਓ ਕੱਲ੍ਹ ਨੂੰ ਸੰਤ ਬਾਬਾ ਅਵਤਾਰ ਸਿੰਘ ਜੀ ਧੁਰਕੁੱਟ ਵਾਲੇ ਮਹਾਂਪੁਰਖ ਹੀ ਪਹੁੰਚ ਰਹੇ ਨੇ ਸੰਤ ਬਾਬਾ ਸੁਰਿੰਦਰ ਸਿੰਘ ਧੰਨਾ ਭਗਤ ਵਾਲੇ ਹੀ ਪਹੁੰਚ ਰਹੇ ਨੇ ਅਤੇ ਆਖਰੀ ਦੀਵਾਨ ਹੈ ਫਿਰ ਕਿਤੇ ਸਾਲਾਂ ਬਾਅਦ ਵਾਰੀ ਆਉਂਦੀ ਹੁੰਦੀ ਹੈ ਅਤੇ ਬੜੀ ਦੇਰ ਬਾਅਦ ਵਾਰੀ ਆਈ ਹੈ ਇਹਦਾ ਲਾਭ ਲਓ ਇਹ ਮੇਰੀ ਬੇਨਤੀ ਹੈ ਅਤੇ ਕੱਲ੍ਹ ਨੂੰ ਆਪਾਂ ਇਹ ਤੋਂ ਅੱਗੇ ਵਿਚਾਰ ਕਰਾਂ ਕਿਵੇਂ ਗੁਰੂ ਮਹਾਰਾਜ ਨੇ ਵੱਡੇ ਸਾਹਿਬਜ਼ਾਦਿਆਂ ਦੀਆਂ ਫਿਰ ਛੋਟੇ ਸਾਹਿਬਜ਼ਾਦੇ ਸਿੱਧੀਆਂ ਹੋਈਆਂ ਇਹ ਸਾਰੀ ਵਿਚਾਰ ਆਪਾਂ ਕੱਲ੍ਹ ਕਰਾਂਗੇ ਆਓ ਫਤਿਹ ਬੁਲਾਓ ਸਲੋਕ ਪੜ੍ਹ ਕੇ ਅਰਦਾਸ ਲਈ ਸਾਵਧਾਨ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ